ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਦਾ ਲੈਸਨ ਨੰਬਰ 3 ਜਿਸ ਦਾ ਸਿਰਲੇਖ ਹੈ ਬੀਰਬਲਸ ਖਿਚੜੀ ਅਰਥਾਤ ਬੀਰਬਲ ਦੀ ਖਿਚੜੀ ਇਸ ਵੀਡੀਓ ਵਿੱਚ ਅਸੀਂ ਉਸ ਦਾ ਹੀ ਟ੍ਰਾਂਸਲੇਸ਼ਨ ਕਰਾਂਗੇ ਉਸ ਦਾ ਲੱਥਾ ਕਰਾਂਗੇ ਤਰਜਮਾ ਕਰਾਂਗੇ ਨਾਲ ਪੂਰੀ ਕਹਾਣੀ ਨੂੰ ਰੀਡਿੰਗ ਕਰਾਂਗੇ ਪ੍ਰੋਨਨਸੀਏਸ਼ਨ ਕਰਾਂਗੇ ਜਿਹੜੇ ਵੀ ਔਖੇ ਸ਼ਬਦ ਆਏ ਨੇ ਔਖੇ ਸ਼ਬਦ ਜੋੜਾਏ ਨੇ ਉਹਨਾਂ ਦੇ ਅਰਥ ਲਿਖਤੀ ਰੂਪ ਵਿੱਚ ਨਾਲੇ ਬੋਲ ਕੇ ਸਾਰੇ ਸਮਝਾਏ ਜਾਣਗੇ ਤੁਸੀਂ ਸਾਰੇ ਆਪਣੀ ਨੋਟਬੁੱਕ ਖੋਲ੍ਹ ਲਓ ਨਾਲ ਪੈਨ ਲੈ ਲਓ ਤੇ ਜਿਹੜੀਆਂ ਵੀ ਮਹੱਤਵਪੂਰਨ ਗੱਲਾਂ ਨੇ ਸਾਰਿਆਂ ਨੂੰ ਨੋਟ ਕਰੀ ਜਾਣਾ ਜੀ ਔਰ ਸ਼ੁਰੂ ਕਰਦੇ ਹਾਂ ਇਟ ਵਾਸ ਵਿంటర్ ਟਾਈਮ ਵਿంటర్ ਦਾ ਮਤਲਬ ਹੁੰਦਾ ਸਿਆਲ ਇਹਦਾ ਮਤਲਬ ਕਿ ਸਿਆਲਾਂ ਦਾ ਸਮਾਸੀ ਇਟ ਵਾਸ ਵਿంటర్ ਟਾਈਮ ਸਿਆਲਾਂ ਦਾ ਸਮਾਸੀ ਦੀ ਪੌਂਡਸ ਪੌਂਡਸ ਦਾ ਮਤਲਬ ਹੈ ਤਲਾਹ ਜਾਂ ਛੱਪੜ ਜਾਂ ਟੋਬਾ ਐਂਡ ਲੇਕਸ ਲੇਕ ਦਾ ਮਤਲਬ ਹੁੰਦਾ ਹੈ ਝੀਲ ਨੀਰ ਦਾ ਮਨ ਲੱਗੇ ਅਕਬਰ ਰਾਜ ਦਾ ਨਾਮ ਹੈ ਹਨਾ ਤੇ ਇਹ ਪੋਸਟ ਆਫ ਆ ਗਈ ਅਕਬਰ ਦਾ ਪੈਲਸ ਦਾ ਮਤਲਬ ਹੁੰਦਾ ਹੈ ਮਹਿਲ ਅਕਬਰ ਦਾ ਮਹਿਲ ਠੀਕ ਹੈ ਸੋ ਅਕਬਰ ਦੇ ਮਹਿਲ ਦੇ ਲੱਗੇ ਦੇ ਤਲਾਹ ਅਤੇ ਝੀਲਾਂ ਦੀ ਪੌਂਡਸ ਤਲਾਹ ਐਂਡ ਅਤੇ ਲੇਕਸ ਛੀਲਾ ਨੀਅਰ ਲਾਗੇ ਅਕਬਰਸ ਪੈਲਸ ਅਕਬਰ ਦੇ ਮਹਿਲ ਦੇ ਲਾਗੇ ਦੇ ਤਲਾਅ ਅਤੇ ਛੀਲਾ ਵਰ 올 ਫਰੋਜ਼ਨ ਵਰ ਮੈਨੇ ਸੀ 올 ਮੈਨੇ ਸਾਰੇ ਫਰੋਜ਼ਨ ਮੈਨੇ ਜੰਮ ਜਾਣਾ ਜਦੋਂ ਪਾਣੀ ਬਚਿਓ ਜਦੋਂ ਤਾਪਮਾਨ ਸਿਫਰ ਤੇ ਆਂਦਾ ਹੈ ਜਿਹਦਾ ਤਾਪਮਾਨ ਘਟਦਾ ਹੈ ਹਨਾ ਠੰਡ ਹੁੰਦੀ ਜਾਂਦੀ ਜਿਵੇਂ ਤਾਪਮਾਨ ਜਿਹਦਾ 4 ਡਿਗਰੀ ਹੋਇਆ 3 ਡਿਗਰੀ ਹੋਇਆ 2 ਡਿਗਰੀ ਹੋਇਆ 1 ਹੋਇਆ ਫਿਰ ਸਿਫਰ ਹੋਇਆ ਜਿੱਲੇ ਸਿਫਰ ਹੋ ਜਾਂਦਾ ਤੁਸੀਂ ਆਪਣੇ ਵਿਗਿਆਨ ਦੀ ਕਿਤਾਬ ਚ ਪੜ੍ਹਿਆ ਹੋਣਾ ਕਿ ਜਿੱਲੇ ਤਾਪਮਾਨ ਸਿਫਰ ਹੋ ਜਾਂਦਾ ਤੇ ਪਾਣੀ ਠੋਸ ਰੂਪ ਲੈ ਲੈਂਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਰਫ਼ ਤੇ ਪਾਣੀ ਦਾ ਬਰਫ਼ ਦੇ ਵਿੱਚ ਤਬਦੀਲ ਹੁੰਦੀ ਕਿਰਾਂ ਨੂੰ ਕਹਿੰਦੇ ਫ੍ਰੀਜ਼ ਟੂ ਫ੍ਰੀਜ਼ ਮੈਨੇ ਜੰਮ ਜਾਣਾ ਤੇ ਫਰੋਜ਼ਨ ਮੈਨੇ ਜੰਮ ਗਏ ਸੋ ਲਿਖ ਲਓ ਤੁਸੀਂ ਫ੍ਰੀਜ਼ F R E E Z E ਫ੍ਰੀਜ਼ ਜੰਮਣਾ ਫਰੋਜ਼ ਜੰਮਿਆ ਫਰੋਜ਼ਨ ਜੰਮ ਚੁੱਕਾ ਸੀ ਥਰਡ ਫਾਰਮ ਫ੍ਰੀਜ਼ ਫਰੋਜ਼ ਫਰੋਜ਼ਨ ਠੀਕ ਹੈ ਵਰ 올 ਫਰੋਜ਼ਨ ਕੀ ਸਾਰੇ ਫਰੋਜ਼ਨ ਹੋ ਗਏ ਸੀਗੇ ਸਾਰੀਆਂ ਝੀਲਾਂ ਤੇ ਸਾਰੇ ਜਿਹੜੇ ਤਲਾਹ ਸੀ ਉਹ ਜੰਮ ਗਏ ਸੀ ਪਾਣੀ ਜੰਮ ਗਿਆ ਕਿਉਂ ਜੰਮ ਗਿਆ ਸੀ ਬੱਚਿਓ ਕਿਉਂਕਿ ਇਟ ਵਾਸ ਵਿంటర్ ਟਾਈਮ ਸਿਆੜਾਂ ਦਾ ਸਮਾਂ ਸੀ ਠੰਡ ਹੋਈ ਅਸੀਂ ਦੇਖਦੇ ਹਾਂ ਸਾਡੇ ਆਦਮਪੁਰ ਇਲਾਕੇ 'ਚ ਵੀ ਜਾਂ ਅੰਮ੍ਰਿਤਸਰ ਦੇ ਇਲਾਕੇ 'ਚ ਵੀ ਕਿ ਜਿਹੜਾ ਤਾਪਮਾਨ ਹੈ ਉਹ ਸਿਫਰ ਚੱਲ ਜਾਂਦਾ ਹੈ ਤੇ ਤੁਸੀਂ ਤੜਕੇ ਉੱਠ ਕੇ ਦੇਖੋ ਘਰ ਦੇ ਉੱਤੇ ਜਿਹੜਾ ਕੋਰਾ ਜੰਮਿਆ ਹੁੰਦਾ ਹੈ ਨਾ ਉਹ ਜੰਮ ਜਾਂਦਾ ਹੈ ਟੈਂਪਰੇਚਰ ਜਿੱਲੇ ਸਿਫਰ ਦੇ ਲਾਗੇ-ਛਾਗੇ ਪਹੁੰਚ ਜਾਂਦਾ ਹੈ ਤੇ ਜਿਹੜਾ ਪਾਣੀ ਹੈ ਉਹ ਜੰਮ ਜਾਂਦਾ برف ਜੰਮ ਜਾਂਦੀ ਠੀਕ ਹੈ ਬੱਚਿਓ ਆਉਣ ਅਗੇ ਦੇਖੀਏ ਹੁਣ ਅਗਲਾ ਸੀਨ ਆ ਗਿਆ ਐਟ ਅਕਬਰਸ ਕੋਟ ਕੋਟ ਮਨੇ ਦਰਬਾਰ ਐਗਲ ਅਸੀਂ ਰੈਂਟ ਫਾਰ ਵਾਟਰ ਚੀ ਪੜੀ ਹੈ ਨਾ ਉਹ ਜਿਹਲੇ ਕਹਿੰਦੇ ਉਹ ਜਿਹੜਾ ਕਿਸਾਨ ਸੀਗਾ ਤੇ ਉਹ ਉਹ ਕਿੰਗ ਕ੍ਰਿਸ਼ਨ ਰਾਏ ਦੇ ਦਰਬਾਰ ਗਏ ਸੀ ਨਾ ਕੋਟ ਮਨੇ ਦਰਬਾਰ ਠੀਕ ਹੈ ਐਟ ਅਕਬਰਸ ਦਰਬਾਰ ਹੁਣ ਇਥੇ ਸੈਮੀ ਕੋਲਨ ਹੈ ਇਹਦਾ ਮਤਲਬ ਕਿ ਹੁਣ ਸੀਨ ਜਿਹੜਾ ਅਗਲਾ ਚੱਲ ਰਿਹਾ ਹੈ ਨਾ ਇਹ ਕਿਸਾਨ ਸੀਨ ਹੈ ਉਹ ਦ੍ਰਿਸ਼ ਦਿਖਾ ਰਹੇ ਨੇ ਵੀ ਅਕਬਰ ਦੇ ਦਰਬਾਰ ਵਿੱਚ ਦੀ ਗੱਲ ਹੈ ਹੀ ਉਹਨੇ ਉਹਦੀ ਇਹ ਦੇਖੋ ਇੱਥੇ ਸੈਮੀ ਕੋਲਨ ਪਾ ਦਿੱਤਾ ਵੀ ਜਿਹੜੀ ਇਹ ਗੱਲ ਹੋ ਰਹੀ ਹੈ ਹੁਣ ਜਿਹੜੀ ਥੱਲੇ ਗੱਲ ਤੁਰੇਗੀ ਉਹ ਕਿੱਥੇ ਦਾ ਸੀਨ ਹੈਗਾ ਤੁਸੀਂ ਆਪਣੇ ਕਲਪਨਾ ਵਿੱਚ ਇੱਕ ਤਸਵੀਰ ਲਿਆਓ ਤੁਹਾਡੀ ਕਿਤਾਬ ਵਿੱਚ ਤਸਵੀਰਾਂ ਹੀ ਬਣੀਆਂ ਤੁਸੀਂ ਉਹ ਦੇਖ ਲਵੋ ਨਾਲ ਨਾਲ ਤੇ ਕਹਿੰਦੇ ਤੁਸੀਂ ਆਪਣੇ ਜ਼ਹਿਨ ਦੇ ਵਿੱਚ ਆਪਣੇ ਕਲਪਨਾ ਵਿੱਚ ਲੈ ਕੇ ਆਓ ਕਿ ਰਾਜੇ ਦਾ ਅਕਬਰ ਦਰਬਾਰ ਲੱਗਾ ਹੋਇਆ ਤੇ ਐਟ ਅਕਬਰਸ ਕੋਰਟ ਅਰਥਾਤ ਅਕਬਰ ਦੇ ਦਰਬਾਰ ਵਿੱਚ ਕੀ ਹੋ ਰਿਹਾ ਹੁਣ ਅਕਬਰ ਬੈਠਾ ਹੈ ਅਕਬਰ ਆਸਕਡ ਵੀਰਬਲ ਅਕਬਰ ਨੇ ਵੀਰਬਲ ਨੂੰ ਪੁੱਛਿਆ ਵੀਰਬਲ ਉਹਦਾ ਮੰਤਰੀ ਹੈਗਾ ਉਹਦਾ ਨਾਂ ਹੈ ਵੀਰਬਲ ਦੇਖੋ ਵੀ ਵੱਡਾ ਹੈ ਪ੍ਰੋਪਰ ਨਾਉਨ ਆ ਗਿਆ ਅਕਬਰ ਦਾ ਇਹ ਵੱਡਾ ਹੈ ਇਹ ਹੈ ਪ੍ਰੋਪਰ ਨਾਉਨ ਹੈਗਾ ਨਾਂ ਹੈਗਾ ਐਵੇਂ ਤਾਂ ਦੱਸ ਰਹੇ ਬੱਚੋ ਨਾਲ ਨਾਲ ਸਾਰੀ ਗੱਲਾਂ ਸਾਡੀ ਰਿਵਾਈਜ਼ ਵੀ ਹੋਈ ਜਾਣਗੀਆਂ ਜਿਹੜੇ ਅਸੀਂ ਨਾਉਨ ਪ੍ਰੋਪਰ ਨਾਉਨ ਕਾਮਨ ਨਾਉਨ ਪੜ੍ਹੇ ਨੇ ਠੀਕ ਹੈ ਕਹਿੰਦਾ ਟੈਲ ਮੀ ਵਨ ਵੀਰਬਲ ਕਹਿੰਦਾ ਵੀਰਬਲ ਮੈਨੂੰ ਇੱਕ ਗੱਲ ਦੱਸ ਟੈਲ ਦੱਸ ਮੀ ਮੈਨੂੰ ਵਨ ਇੱਕ ਥਿੰਗ ਇੱਕ ਗੱਲ ਇੱਕ ਚੀਜ਼ ਦੱਸ ਡੂ ਯੂ ਥਿੰਕ ਕੀ ਤੂੰ ਸੋਚਦਾ ਹੈ ਕੀ ਤੈਨੂੰ ਲੱਗਦਾ ਹੈ ਆ ਮੈਨ ਵੀ ਕੋਈ ਬੰਦਾ ਆ ਮੈਨ ਉਹ ਕੋਈ ਵੀ ਬੰਦਾ will do anything for money ਉਹ ਪੈਸੇ ਲਈ ਕੁਝ ਵੀ ਕਰ ਸਕੇਗਾ ਜਾਂ ਪੈਸੇ ਲਈ ਕੁਝ ਵੀ ਕਰ ਸਕਦਾ ਹੈ ਇਹਦਾ ਪੂਰਾ ਇਹ ਸੈਂਟੈਂਸ ਦਾ ਮਤਲਬ ਹੋ ਗਿਆ ਡੂ ਯੂ ਥਿੰਕ ਤੈਨੂੰ ਲੱਗਦਾ ਹੈ ਬੰਦਾ ਪੈਸੇ ਲਈ ਕੁਝ ਵੀ ਕਰ ਸਕਦਾ ਹੈ ਅਕਬਰ ਨੇ ਆਪਣੇ ਸਿਹਾਸਨ ਤੇ ਬੈਠਿਆਂ ਨੇ ਵੀਰਬਲ ਨੂੰ ਇਹ ਸਵਾਲ ਕੀਤਾ ਹੁ ਅੱਗੇ ਚਲੀਏ ਹੁਣ ਬੀਰਬਲ ਰਿਪਲਾਈਡ ਰਿਪਲਾਈ ਮੈਨੇ ਜਵਾਬ ਦੇਣਾ ਰਿਪਲਾਈਡ ਮੈਨੇ ਜਵਾਬ ਦਿੱਤਾ ਬੀਰਬਲ ਨੇ ਜਵਾਬ ਦਿੱਤਾ ਯੈਸ ਜੀ ਯੂਅਰ ਮੈਜੈਸਟੀ ਜਹਾਂ ਪਨਾ ਮਹਾਰਾਜ ਯੂਅਰ ਮੈਜੈਸਟੀ ਦਾ ਮਤਲਬ ਮਹਾਰਾਜ ਜਹਾਂ ਪਨਾ ਜੀ ਜਹਾਂ ਪਨਾ ਇਹ ਗੱਲ ਸਹੀ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਬੰਦਾ ਪੈਸੇ ਲਈ ਕੁਝ ਵੀ ਕਰ ਸਕਦਾ ਹੈ ਅਕਬਰ ਆਰਡਰਡ ਆਰਡਰ ਮੈਨੇ ਹੁਕਮ ਦੇਣਾ ਆਰਡਰਡ ਮਨੇ ਹੁਕਮ ਕੀਤਾ ਹੁਕਮ ਦਿੱਤਾ ਅਕਬਰ ਆਰਡਰਡ ਉਹਨੇ ਵੀ ਹੁਕਮ ਕਰਤਾ 올 ਰਾਈਟ ਠੀਕ ਹੈ ਫਿਰ ਦੈਨ ਪ੍ਰੂਵ ਇਟ ਫਿਰ ਤੂੰ ਮੈਨੂੰ ਇਸ ਗੱਲ ਦਾ ਪਰਮਾਨ ਦੇ ਅਰਥਾਤ ਇਹ ਗੱਲ ਸਿੱਧ ਕਰਕੇ ਦੱਸ ਕਿ ਇਹ ਗੱਲ ਸਹੀ ਹੈ ਜਾਂ ਨਹੀਂ ਅਕਬਰ ਨੇ ਸਵਾਲ ਕੀਤਾ ਕਿ ਬੀਰਬਲ ਕੀ ਤੈਨੂੰ ਲੱਗਦਾ ਹੈ ਬੰਦਾ ਪੈਸੇ ਲਈ ਕੁਝ ਵੀ ਕਰ ਸਕਦਾ ਹੈ ਬੀਰਬਲ ਨੇ ਜਵਾਬ ਦਿੱਤਾ ਜੀ ਜਹਾਂਪਨਾ ਇਹ ਗੱਲ ਸਹੀ ਹੈ ਅਕਬਰ ਨੇ ਹੁਕਮ ਕਰ ਦਿੱਤਾ ਠੀਕ ਹੈ ਬੀਰਬਲ ਤੇਰੀ ਗੱਲ ਮੰਨ ਲਈ ਹੁਣ ਤੂੰ ਇਹ ਗੱਲ ਨੂੰ ਸਿੱਧ ਕਰਕੇ ਦੱਸ ਪ੍ਰੂਫ ਮੈਨੂੰ ਤਾਂ ਸਿੱਧ ਕਰਨਾ ਤੁਸੀਂ ਬੱਚਿਓ ਆਪਣੀ ਜਿਮੇਟ ਜਿਹੜੇ ਕਿਤਾਬਾਂ ਵਿੱਚ ਪੜੋਗੇ ਨਾ ਗਣਿਤ ਵਿੱਚ ਪੜੋਗੇ ਉਹ ਚ ਵੀ ਬੜੀ ਵਾਰ ਆਉਂਦਾ ਪ੍ਰੂਫ ਕਰੋ ਸਿੱਧ ਕਰੋ ਪਾਈਥਾਗੋਰਸ ਥੀਰਮ ਸਿੱਧ ਕਰੋ ਫਲਾਨੀ ਮੱਧ ਬਿੰਦੂ ਥੀਰਮ ਸਿੱਧ ਕਰੋ ਜਿਹੜੇ ਤੁਸੀਂ ਅਗਲੀ ਕਲਾਸਾਂ ਜਾਓਗੇ ਤੇ ਆਏਗਾ ਤੁਹਾਨੂੰ ਠੀਕ ਹੈ ਨਾ ਸੋ ਇਹ ਸਿੱਧ ਕਰਨਾ ਹੁੰਦਾ ਵੀ ਪ੍ਰਮਾਣ ਪ੍ਰੂਫ ਸਬੂਤ ਰਹੀਂ ਮਤਲਬ ਕਿ ਕਿਸੇ ਗੱਲ ਨੂੰ ਸਿੱਧ ਕਰਨਾ ਪ੍ਰਮਾਣ ਦੇਣਾ ਕਹਿੰਦਾ ਇਸ ਗੱਲ ਦਾ ਪ੍ਰਮਾਣ ਦੇ ਦੀ ਨੈਕਸਟ ਡੇ ਐਮ ਅੱਗੇ ਵੀ ਆਇਆ ਨੈਕਸਟ ਡੇ ਉਹ ਚ ਹੋਇਆ ਨਾ ਨੈਕਸਟ ਡੇ ਹੀ ਹੀ ਵੈਂਟ ਟੂ ਟੇਕ ਵਾਟਰ ਫਰੋਮ ਦਾ ਵੈਲ ਡਰਾ ਵਾਟਰ ਸੋ ਨੈਕਸਟ ਡੇ ਬਨੇ ਅਗਲੇ ਦਿਨ ਠੀਕ ਹੈ ਦਿਨ ਡੇ ਮੈਨੇ ਦਿਨ ਨੈਕਸਟ ਮੈਨੇ ਅਗਲਾ ਨੈਕਸਟ ਡੇ ਮੈਨੇ ਅਗਲੇ ਦਿਨ ਅਗਲੇ ਦਿਨ ਬੀਰਬਲ ਕੇਮ ਟੂ ਦੀ ਕੋਰਟ ਕਮ ਮੈਨੇ ਆਣਾ ਕੇਮ ਮੈਨੇ ਆਇਆ ਬੀਰਬਲ ਕੇਮ ਟੂ ਦੀ ਕੋਰਟ ਬੀਰਬਲ ਦਰਬਾਰ ਵਿੱਚ ਆਇਆ ਕਿਦੇ ਕਿਦਾਂ ਆਇਆ ਅਲੋਂਗ ਵਿਦ ਅ ਪੋਰ ਬ੍ਰਾਹਮਣ ਇੱਕ ਗਰੀਬ ਬ੍ਰਾਹਮਣ ਨਾਲ ਆਇਆ ਪੂਰ ਮਨੇ ਗਰੀਬ ਬ੍ਰਾਹਮਣ ਮਨੇ ਉਹਦੀ ਜੋ ਜਾਤ ਹੈਗੀ ਜੋ ਸੁਭਾਅ ਨਾਲ ਸਾਡੇ ਹਿੰਦੂਸਤਾਨ ਚ ਇੱਕ ਪਛਾਣ ਬਣੀ ਹੋਈ ਹੈ ਨਾ ਕਹਿੰਦੇ ਬ੍ਰਾਹਮਣ ਦੇ ਨਾਲ ਆਇਆ ਅਲੋਂਗ ਵਿਦ ਮਨੇ ਹੁੰਦਾ ਨਾਲ ਲੈ ਕੇ ਆਇਆ ਆਪਣੇ ਦਰਬਾਰ ਵਿੱਚ ਆਇਆ ਠੀਕ ਹੈ ਹੀ ਵਾਸ ਐਕਸਟ੍ਰੀਮਲੀ ਪੂਰ ਹੁਣ ਬੱਚਿਓ ਪੂਰ ਮਨੇ ਗਰੀਬ ਉਹ ਫਾਰਮਰ ਦਾ ਵੀ ਆਇਆ ਸੀ ਨਾ ਵੈਰੀ ਵੈਰੀ ਪੂਰ ਵੈਰੀ ਪੂਰ ਦਾ ਮਤਲਬ ਹੁੰਦਾ ਬਹੁਤ ਗਰੀਬ ਤੇ ਜਿਸਲੇ ਆ ਜਾਏ ਐਕਸਟ੍ਰੀਮਲੀ ਪੂਰ ਇਹਦਾ ਮਤਲਬ ਅਤ ਦਾ ਗਰੀਬ ਸਿਰੇ ਦਾ ਗਰੀਬ ਹੱਦ ਦਾ ਗਰੀਬ ਜਿੱਦਾਂ ਬੱਚੋ ਕੋਈ ਤੁਸੀਂ ਡੰਡਾ ਲੈ ਲਓ ਤੇ ਡੰਡੇ ਦੇ ਦੋ ਸਿਰੇ ਨਹੀਂ ਹੁੰਦੇ ਅਸੀਂ ਉਹਨੂੰ ਕਹਿੰਦੇ ਐਕਸਟਰੀਮਿਟੀਆਂ ਐਕਸਟਰੀਮ ਮੈਨੇ ਇਹ ਤੋਂ ਅੱਗੇ ਕੁਝ ਨਹੀਂ ਹੈਗਾ ਉਹਨੂੰ ਕਿ ਇਹ ਤੋਂ ਜ਼ਿਆਦਾ ਗਰੀਬ ਨਹੀਂ ਹੋ ਸਕਦਾ ਸੀ ਉਹ ਐਕਸਟਰੀਮਲੀ ਪੂਰ ਜੇ ਕਹਿਣਾ ਹੋਵੇ ਤੇ ਅੱਤ ਦਾ ਗਰੀਬ ਸਿਰੇ ਦਾ ਗਰੀਬ ਹੱਦ ਦਾ ਗਰੀਬ ਠੀਕ ਹੈ ਇਹ ਤਿੰਨੋਂ ਗੱਲਾਂ ਲਿਖ ਲਓ ਤੁਸੀਂ ਬੱਚੋ ਜਿੰਨਾ ਸ਼ਬਦਾਂ ਨੂੰ ਅਲੱਗ-ਅਲੱਗ ਢੰਗ ਨਾਲ ਤੁਹਾਨੂੰ ਆਪਣੇ ਦਰਸਾਉਣ ਦੀ ਜੇ ਜਾਜ ਆਏਗੀ ਉਨਾ ਹੀ ਤੁਹਾਡੇ ਲਈ ਵਧੀਆ ਹੈ ਠੀਕ ਹੈ ਐਕਸਟ੍ਰੀਮਲੀ ਪੂਰ ਐਂਡ ਹਿਸ ਫੈਮਿਲੀ ਵਾਸ ਸਟਾਰਵਿੰਗ ਅਤੇ ਉਹਦਾ ਪਰਿਵਾਰ ਭੁੱਖਾ ਮਰ ਰਿਹਾ ਸੀ ਹਿਸ ਮੈਨੇ ਉਬਮਨ ਦਾ ਫੈਮਿਲੀ ਉਹਨੇ ਪਰਿਵਾਰ ਵਾਸ ਸੀ ਸਟਾਰਵਿੰਗ ਹੁਣ ਬੱਚਿਓ ਇੱਕ ਹੁੰਦਾ ਦੇਖੋ ਧਿਆਨ ਨਾਲ ਸੁਣਨੋ ਇਹ ਗੱਲ ਲਿਖ ਲਓ ਜੇ ਮੈਂ ਕਹਾਂ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਕਹਾਂਗਾ ਆਈ ਏਮ ਹੈਂਗਰੀ ਜਾਂ ਮੈਂ ਕਹਾਂਗਾ ਆਈ ਏਮ ਫੀਲਿੰਗ ਹੈਂਗਰੀ ਇਹ ਇੱਕ ਕੁਦਰਤੀ ਕਿਰਿਆ ਹੈ ਅਸੀਂ ਖਾਣਾ ਖਾਣੇ ਆ ਕੁਝ ਘੰਟਿਆਂ ਬਾਅਦ ਭੁੱਖ ਲੱਗਦੀ ਅਸੀਂ ਫੇਰ ਖਾਣਾ ਖਾਣੇ ਆ ਤੇ ਅਸੀਂ ਕਹਿੰਦੇ ਮਮੀ ਜੀ ਆਈ ਐਮ ਫੀਲਿੰਗ ਹੈਂਗਰੀ ਮੈਨੂੰ ਕੁਝ ਖਾਣ ਨੂੰ ਦੋ ਗਿਵ ਮੀ ਸਮਥਿੰਗ ਟੂ ਈਟ ਪਰ ਜਦੋਂ ਬੰਦਾ ਕਹੇ ਆਈ ਐਮ ਸਟਾਰਵਿੰਗ ਤੇ ਅਸੀਂ ਕਹਿੰਦੇ ਮੇਰੀ ਭੁੱਖ ਨਾ ਜਾਨ ਨਿਕਲੀ ਜਾ ਰਹੀ ਹੈ ਹਨਾ ਆਮ ਤੌਰ ਤੇ ਤਸੀਂ ਇਦਾਂ ਨਹੀਂ ਕਹਿੰਦੇ ਮੇਰੀ ਭੁੱਖ ਨਾ ਜਾਨ ਨਿਕਲੀ ਜਾ ਰਹੀ ਜਿਹੜਾ ਅਸੀਂ ਆਮ ਰੂਟੀਨ ਵਿੱਚ ਭੁੱਖ ਲੱਗਦੀ ਅਸੀਂ ਕਹਿੰਦੇ ਆਈ ਐਮ ਹੈਂਗਰੀ ਪਰ ਜਦੋਂ ਬੰਦਾ ਕਹੇ ਕਿ ਮੇਰੀ ਤੇ ਭੁੱਖ ਨਾ ਜਾਨ ਨਿਕਲੀ ਜਾ ਰਹੀ ਹੈ ਭੁੱਖ ਨਾ ਮੈਂ ਹਲੋ ਵਿਹਾਲ ਹੋ ਗਿਆ ਭੁੱਖ ਨਾ ਮੇਰਾ ਬੁਰਾ ਹ ਟੂ ਸਟਾਰਵ ਮੈਨ ਉਹਨੇ ਭੁੱਖ ਨਾਲ ਮਰਨਾ ਸੋ ਜਦੋਂ ਬੰਦਾ ਘਰ ਵਿੱਚ ਆਮ ਰੂਟੀਨ ਚ ਆ ਜਾਂਦਾ ਤੇ ਇਹ ਮੁਹਾਵਰੇ ਤੌਰ ਤੇ ਕਹਿ ਦਿੰਨੇ ਆ ਕਿ ਮੇਰੇ ਢੱਡ ਚ ਚੂਹੇ ਕੁੱਦਦੇ ਪੈ ਨੇ ਮੇਰਾ ਬੁਰਾ ਹਾਲ ਹੈਗਾ ਮੈਂ ਭੁੱਖ ਨਾਲ ਮਰੀ ਜਾ ਰਿਹਾ ਤੇ ਅਸੀਂ ਕਹਿੰਦੇ ਆ ਆਈ ਐਮ ਸਟਾਰਵਿੰਗ ਤੇ ਉਹ ਕਹਿੰਦੇ ਹਿਸ ਫੈਮਿਲੀ ਵਾਸ ਸਟਾਰਵਿੰਗ ਮਤਲਬ ਕੀ ਉਹਨੂੰ ਪੂਰਾ ਖਾਣਾ ਵੀ ਨਹੀਂ ਮਿਲ ਰਿਹਾ ਸੀ ਖਾਣਾ ਤੇ ਵਿੱਚੋਂ ਪਹਿਲੀ ਲੋੜ ਹੈਗੀ ਏ ਸਾਡੀ ਹਨਾ ਪਹਿਲੇ ਖਾਣਾ ਫਿਰ ਬੰਦਾ ਕੱਪੜਿਆਂ ਬਾਰੇ ਸੋਚਦਾ ਫਿਰ ਬੰਦਾ ਛੱਤ ਬਾਰੇ ਸੋਚਦਾ ਕਹਿੰਦੇ ਉਹਦਾ ਪਰਿਵਾਰ ਤੇ ਭੁੱਖਾ ਮਰ ਰਿਹਾ ਸੀ ਕਿੰਨਾ ਗਰੀਬ ਸੀ ਉਹ ਠੀਕ ਹੈ ਹੀ ਹੈਡ ਨੋ ਮਨੀ ਉਹਦੇ to feed them ਹੁਣ ਬੱਚੇ ਉਹਦੇ ਟੂ ਫੀਡ ਟੂ ਤੋਂ ਬਾਅਦ ਹਮੇਸ਼ਾ ਫਸਫੋਰਮ ਹੁੰਦੀ ਹੈ ਟੂ ਫੀਡ ਟੂ ਫੀਡ ਹੁੰਦਾ ਬੱਚੇ ਖਾਣਾ ਖਵਾਉਣਾ ਕਿਸੇ ਨੂੰ ਜਿੱਦਾਂ ਮੈਂ ਕਹਾਂ ਦੀ ਮਦਰ ਵਾਸ ਫੀਡਿੰਗ ਹਰ ਚਾਈਲਡ ਮਾਂ ਆਪਣੇ ਬੱਚੇ ਨੂੰ ਖਾਣਾ ਖਵਾ ਰਹੀ ਸੀ ਸੋ ਫੀਡ ਦਾ ਮਤਲਬ ਹੁੰਦਾ ਖਾਣਾ ਖਵਾਉਣਾ ਹੀ ਹੈ ਹੈਡ ਨੋ ਮਨੀ ਟੂ ਫੀਡ them them ਕੌਣ ਪਰਿਵਾਰ ਉਹਦੀ ਪਤਨੀ ਤੇ ਉਹਦੇ ਬੱਚੇ ਉਹਨਾਂ ਨੂੰ ਖਵਾਉਣ ਲਈ ਪੈਸੇ ਨਹੀਂ ਸਨ ਉਹ ਬੰਮਣ ਕੋਈ ਮਲਕੀਨਾ ਉਹ ਕਰੀਬ ਸੀਗਾ ਹੀ ਹੈਡ ਨੋ ਮਨੀ ਟੂ ਕਦੇ ਲਈ ਟੂ ਫੀਡ ਥੈਮ ਟੂ ਫੀਡ ਮਨੇ ਖਾਣਾ ਖਵਾਉਣਾ ਠੀਕ ਹੈ ਬੱਚੋ ਬੀਰਬਲ ਸੈਡ ਟੂ ਦਾ ਕਿੰਗ ਬੀਰਬਲ ਨੇ ਰਾਜੇ ਨੂੰ ਕਿਹਾ ਰਾਜਾ ਕੌਣ ਹੈ ਅਕਬਰ ਦਿਸ ਬ੍ਰਾਹਮਣ ਇਜ਼ ਰੈਡੀ ਟੂ ਡੂ ਐਨੀਥਿੰਗ ਫਾਰ ਦਾ ਸੇਕ ਆਫ ਮਨੀ ਹੁਣ ਬੱਚਾ ਬਾਰ ਬਾਰ ਉਹਦੇ ਅਰਥ ਨਹੀਂ ਲਿਖ ਰਿਹਾ ਐਨੀਥਿੰਗ ਮਨੇ ਕੁਝ ਵੀ ਗੱਲ ਕੁਝ ਵੀ ਰੈਡੀ ਮਨੇ ਤਿਆਰ ਹੈ ਐ ਬ੍ਰਾਹਮਣ ਕੁਝ ਵੀ ਕਰਨ ਨੂੰ ਤਿਆਰ ਹੈ ਦਿਸ ਬ੍ਰਾਹਮਣ ਇਜ਼ ਰੈਡੀ ਐ ਬ੍ਰਾਹਮਣ ਰੈਡੀ ਹੈ ਤਿਆਰ ਹੈ ਟੂ ਡੂ 2 ਤੋਂ ਬਾਅਦ ਦੇਖੋ ਫਸਟ ਫਾਰਮ ਆਈ ਡੂ ਡੂ ਫਸਟ ਫਾਰਮ ਹੈ ਟੂ ਡੂ ਐਨੀਥਿੰਗ ਕੁਝ ਵੀ ਫਾਰ ਦਾ ਸੇਕ ਆਫ ਮਨੀ ਪੈਸੇ ਦੀ ਖਾਤਰ ਹੁਣ ਬੱਚਿਆ ਵੀ ਲਿਖ ਲਓ ਫਾਰ ਦੀ ਸੇਕ ਆਫ ਇਹ ਇੱਕ ਸ਼ਬਦ ਜੋੜੇ ਆਮ ਵਰਤਿਆ ਜਾਂਦਾ ਫਾਰ ਦੀ ਸੇਕ ਆਫ ਫਾਰ ਦੀ ਸੇਕ ਆਫ ਕਹਿੰਦੇ ਆ ਦੀ ਖਾਤਰ ਜਿੱਦਾਂ ਮੈਂ ਕਹਾਂ ਕਿ ਪਲੀਜ਼ ਡੂ ਦਿਸ ਫਾਰ ਦੀ ਸੇਕ ਆਫ ਆਵਰ ਫਰੈਂਡਸ਼ਿਪ ਸਾਡੀ ਦੋਸਤੀ ਦੀ ਖਾਤਰ ਲਈ ਕਿਰਪਾ ਕਰਕੇ ਇਹ ਕੰਮ ਕਰ ਸੁਝ ਲਿਆ ਨੇ ਫॉर ਦੀ ਸੇਕ ਆਫ ਮਨੀ ਹੁੰਦਾ ਹੈ ਖਾਤਰ ਉਹਦੀ ਖਾਤਰ ਠੀਕ ਹੈ ਸੋ ਐਨੀਥਿੰਗ ਫॉर ਦੀ ਸੇਕ ਆਫ ਮਨੀ ਇਹ ਬ੍ਰਾਹਮਣ ਜਿਹੜਾ ਇੰਨਾ ਗਰੀਬ ਹੈ ਕਿ ਪੈਸੇ ਦੀ ਖਾਤਰ ਕੁਝ ਵੀ ਕਰ ਸਕਦਾ ਹੈ ਹੁਣ ਅੱਗੇ ਚਲੀਏ ਅਕਬਰ ਆਸਕਡ ਅਕਬਰ ਨੇ ਪੁੱਛਿਆ ਵਿਲ ਹੀ ਡੂ ਵਟ ਆਈ ਸੇ ਵਿਲ ਹੀ ਡੂ ਕੀ ਉਹ ਕਰੇਗਾ ਵਟ ਆਈ ਸੇ ਜੋ ਮੈਂ ਕਿੰਨਾ ਕੀ ਇਹ ਉਹ ਕਰੇਗਾ ਜੋ ਮੈਂ ਕਹਾਂਗਾ ਜਾਂ ਜੋ ਮੈਂ ਕਹਨਾ ਵਟੇ ਸੇ ਜੋ ਮੈਂ ਕਹਨਾ ਕਿ ਉਹ ਕਰੇਗਾ ਫਿਰ ਜੋ ਮੈਂ ਗੱਲ ਕਹੀ ਕਿ ਉਹ ਕਰੇਗਾ ਕਿ ਹੁਣ ਅਕਬਰ ਕੋਈ ਹੁਕਮ ਦੇਣ ਜਾ ਰਿਹਾ ਕੋਈ ਸ਼ਰਤ ਰੱਖਣ ਜਾ ਰਿਹਾ ਐਨੀਥਿੰਗ ਕੁਝ ਵੀ ਇਫ ਆਈ ਗੈਟ ਸਮ ਮਨੀ ਜੇ ਮੈਨੂੰ ਕੁਝ ਪੈਸਾ ਮਿਲ ਜਾਏ ਟੂ ਫੀਡ ਮਾਈ ਫੈਮਿਲੀ ਆਪਣੇ ਪਰਿਵਾਰ ਨੂੰ ਖਾਣਾ ਖਵਾਉਣ ਲਈ ਹੁਣ ਮੈਂ ਦੁਬਾਰਾ ਦੇਖੋ ਟੂ ਫੀਡ ਹੁਣ ਬੱਚੇ ਮੈਂ ਇਹਦੇ ਅਰਥ ਨਹੀਂ ਕੀਤੇ ਕਿਉਂਕਿ ਅਰਥ ਪਹਿਲੇ ਆ ਚੁੱਕੇ ਨੇ ਤੇ ਤੁਸੀਂ ਵੀ ਥੋੜਾ ਆਪਣੇ ਦਿਮਾਗ ਤੇ ਜ਼ੋਰ দাও ਹਣਾ ਇਫ ਆਈ ਗੈਟ ਸਮ ਮਨੀ ਇਫ ਆਈ ਗੈਟ ਮਨੀ ਜੇ ਮੈਨੂੰ ਮਿਲ ਜਾਏ ਕਿ ਸਮ ਮਨੀ ਕੁਝ ਪੈਸੇ ਕਾਦੇ ਲਈ ਟੂ ਫੀਡ ਮਾਈ ਫੈਮਿਲੀ ਆਪਣੇ ਪਰਿਵਾਰ ਨੂੰ ਭੋਜਨ ਛਕਾਉਣ ਲਈ ਜੇ ਮੈਨੂੰ ਕੁਝ ਪੈਸੇ ਮਿਲ ਜਾਣ ਸੈਡ ਦੀ ਪੂਰ ਬ੍ਰਾਹਮਣ ਉਸ ਗਰੀਬ ਬਾਹਮਣ ਨੇ ਕਿਹਾ ਬਿਫੋਰ ਬੀਰਬਲ ਕੁਡ ਰਿਪਲਾਈ ਹੈ ਕਹਿੰਦੇ ਵਿਚਾਰਾ ਦੇਖੋ ਬਾਹਮਣ ਇੰਨਾ ਗਰੀਬ ਸੀ ਕਹਿੰਦੇ ਇਸ ਤੋਂ ਪਹਿਲੇ ਕਿ ਬੀਰਬਲ ਅਕਬਰ ਦੇ ਸਵਾਲ ਦਾ ਜਵਾਬ ਦਿੰਦਾ ਬਾਹਮਣ ਨੇ ਵਿੱਚ ਪਹਿਲੀ ਬੋਲ ਦਿੱਤਾ ਕਿਉਂਕਿ ਦੇਖੋ ਨਾ ਅਕਬਰ ਆਸ ਅਕਬਰ ਨੇ ਤੇ ਗੱਲ ਸਵਾਲ ਕਿੰਨੂੰ ਕੀਤਾ ਹੈ ਵੀਰਬਲ ਨੂੰ ਕੀਤਾ ਹੈ ਕਿ ਵੀਰਬਲ ਤੂੰ ਇਹ ਬੰਮਣ ਲੈ ਕੇ ਆਇਆ ਹੈ ਇਹਦੇ ਬਾਰੇ ਕਹਿ ਰਿਹਾ ਹੈ ਪੈਸੇ ਦੀ ਖਾਤਰ ਕੁਝ ਵੀ ਕਰੇਗਾ ਤੇ ਉਹਨੇ ਪੁੱਛਿਆ ਅਕਬਰ ਨੇ ਕਿ ਐ ਉਹ ਕਰੇਗਾ ਜੋ ਮੈਂ ਕਹਾਂਗਾ ਹੁਣ ਵੀਰਬਲ ਨੇ ਜਵਾਬ ਦੇਣਾ ਸੀਗਾ ਪਰ ਉਹ ਵਿਚਾਰਾ ਦੇਖ ਲਓ ਇੰਨਾ ਉਹ ਮਤਲਬ ਕਿ ਬੁਰਾ ਹਲਸੀ ਉਹਦਾ ਬੰਮਣ ਦਾ ਕਹਿੰਦਾ ਉਹਨੇ ਪਹਿਲੀ ਕਹਿ ਦਿੱਤਾ ਬਿਫੋਰ ਵੀਰਬਲ ਕੁਡ ਰਿਪਲਾਈ ਬਿਫੋਰ ਮੈਨੇ ਇਸ ਤੋਂ ਪਹਿਲਾਂ ਕੁਝ ਸਕਦਾ ਰਿਪਲਾਈ ਮੈਨੇ ਜਵਾਬ ਦੇ ਸਕਦਾ ਸੀ ਇਸ ਤੋਂ ਪਹਿਲੇ ਕਿ ਵੀਰਬਲ ਜਵਾਬ ਦਿੰਦਾ ਵਾਮੋ ਨੇਪਾਲੀ ਕਹਤਾ ਕੁਝ ਵੀ ਸਰ ਜੇ ਮੈਨੂੰ ਕੁਝ ਪੈਸੇ ਮਿਲ ਜਾਣ ਆਪਣੇ ਪਰਿਵਾਰ ਨੂੰ ਪ੍ਰਸ਼ਾਦਾ ਛਕਾਉਣ ਲਈ ਠੀਕ ਹੈ ਦੀ ਕਿੰਗ ਸੈਡ ਟੂ ਦੀ ਬ੍ਰਾਹਮਣ ਹੁਣ ਰਾਜੇ ਨੇ ਬ੍ਰਾਹਮਣ ਨੂੰ ਕਿਹਾ ਸਟੈਂਡ ਖੜਾ ਹੋ ਜਾ ਇਨਸਾਈਡ ਵਿੱਚ ਦੀ ਫਰੋਜ਼ਨ ਪਾਉਂਡ ਜੰਮੇ ਹੋਏ ਤਲਾਹ 올 ਥਰੂ ਦਾ ਨਾਈਟ ਉਹ ਆਰਡਰ ਦਿੱਤਾ ਉਹਨੇ ਸ਼ਰਤ ਰੱਖਦੀ ਇਹ ਰਹੇ ਉਹਨੇ ਸਾਰੀ ਰਾਤ ਜੰਮੇ ਹੋਏ ਤਲਾਹ ਵਿੱਚ ਖੜਾ ਹੋ without ਬਿਨਾ ਐਨੀ ਕਲੋਸ ਕੱਪੜਿਆਂ ਤੋਂ ਬਿਨਾ ਐਂਡ ਆਈ ਵਿਲ ਗਿਵ ਯੂ ਮੈਂ ਤੈਨੂੰ ਦਵਾਂਗਾ 2 2000 ਹਜ਼ਾਰ 골ਡ ਸੋਨਾ ਕੌਇਨਸ ਸਿੱਕੇ ਜਾਂ ਮੋਰਾ ਹੁਣ ਰਾਜੇ ਨੇ ਸ਼ਰਤ ਰੱਖ ਦਿੱਤੀ ਕਿ ਤੂੰ ਕਿਹਾ ਤੂੰ ਪੈਸੇ ਦੇ ਖਾਤਰ ਕੁਝ ਵੀ ਕਰੇਗਾ ਕਹਿੰਦੇ ਸਟੈਂਡ ਇਨਸਾਈਡ ਦੀ ਫਰੋਜ਼ਨ ਪੌਂਡ ਪੌਂਡ ਮੈਨੇ ਤਲਾ ਫਰੋਜ਼ਨ ਪੌਂਡ ਮੈਨੇ ਜੰਮਿਆ ਹੋਇਆ ਤਲਾ ਸਟੈਂਡ ਮੈਨੇ ਖੜਾ ਹੋ ਜਾ ਇਨਸਾਈਡ ਦੀ ਫਰੋਜ਼ਨ ਪੌਂਡ ਜੰਮੇ ਹੋਏ ਤਲਾਬ ਦੇ ਵਿੱਚ ਖੜਾ ਹੋ ਜਾ ਕਦੋਂ ਐਮਲੀ ਕਿੰਨੀ ਦੇਰ ਲਈ 올 ਥਰੂ ਦਾ ਨਾਈਟ ਸਾਰੀ ਰਾਤ ਨਗਾ ਦੇ ਖੜਾ ਹੋ ਕੇ ਅਰਥਾਤ ਸਾਰੀ ਰਾਤ ਲਈ ਜੰਮੇ ਹੋਏ ਤਲਾਬ ਵਿੱਚ ਖੜਾ ਹੋ ਜਾ ਵਿਦਆਊਟ ਐਨੀ ਕਲੋਥਸ ਬਿਨਾ ਕਿਸੇ ਕਪੜਿਆਂ ਦੇ ਐਂਡ ਅਤੇ ਆਈ ਵਿਲ ਗਿਵ ਯੂ ਮੈਂ ਤੈਨੂੰ ਦਵਾਗਾ 2000 ਸੋਨੇ ਦੀਆਂ ਮੋਰਾ ਉਹਨਾਂਗੇ ਚਲੀਏ ਦੀਪੂਰ ਬ੍ਰਾਹਮਣ ਨੀਡਿਡ ਮਨੀ ਨੀਡ ਮੈਨੇ ਲੋਡ ਸੀ ਟੂ ਨੀਡ ਮੈਨੇ ਲੋਡ ਹੋਣਾ ਨੀਡਿਡ ਮੈਨੇ ਲੋਡ ਸੀ ਪੂਰ ਬ੍ਰਾਹਮਣ ਨੂੰ ਪੂਰੇ ਇਹ ਜਿਹੜਾ ਜਿਹੜਾ ਆਪਣਾ ਗਰੀਬ ਬ੍ਰਾਹਮਣ ਸੀ ਉਹਨੂੰ ਪੈਸੇ ਦੀ ਲੋੜ ਸੀ ਨੀਡਿਡ ਮਨੀ ਪੈਸੇ ਦੀ ਲੋੜ ਸੀ ਹੀ ਹੈਡ ਨੋ ਚੁਆਇਸ ਉਸ ਕੋਲ ਕੋਈ ਚਾਰਾ ਨਹੀਂ ਸੀ ਹੁਣ ਬੱਚੇ ਦੇਖੋ ਇਹ ਲਿਖ ਲਓ ਜਿੱਦਾਂ ਮੈਂ ਕਹਾਂ ਆਈ ਹੈਵ ਨੋ ਚੁਆਇਸ ਮੇਰੇ ਕੋਲ ਕੋਈ ਚਾਰਾ ਨਹੀਂ ਯੂ ਹੈਵ ਨੋ ਚੁਆਇਸ ਤੇਰੇ ਕੋਲ ਕੋਈ ਚਾਰਾ ਨਹੀਂ ਹਨਾ ਜਦੋਂ ਅਸੀਂ ਇਦਾਂ ਕਹਿਣਾ ਹੋਵੇ ਤੇਰੇ ਕੋਲ ਕੋਈ ਚਾਰਾ ਨਹੀਂ ਤੇਰੇ ਕੋਲ ਕੋਈ ਚੋਣ ਤੂੰ ਇਹਦਾ ਕਰਨਾ ਹੀ ਪਏਗਾ ਤੇ ਫਿਰ ਕੀ ਹੋਏਗਾ ਅਸੀਂ ਕਹਿੰਦੇ ਆ ਯੂ ਹੈਵ ਨੋ ਚੁਆਇਸ ਹੀ ਹੈਜ਼ ਨੋ ਚੁਆਇਸ ਦੇ ਹੈਡ ਨੋ ਚੁਆਇਸ ਜਾਂ ਮਰਦਾ ਕੀ ਨਾ ਕਰਦਾ ਜਿੱਦਾਂ ਕਹਿੰਦੇ ਨਾ ਮਰਦਾ ਕੀ ਨਾ ਕਰਦਾ ਤੇ ਅਸੀਂ ਕਹਿੰਦੇ ਹੁੰਨੇ ਅੰਗਰੇਜ਼ੀ ਵਿੱਚ ਨੋ ਚੁਆਇਸ ਠੀਕ ਹੈ ਬੱਚਿਓ ਚੁਆਇਸ ਹੁੰਦੀ ਚੋਣ ਉਹ ਗਰੀਬ ਸੀ ਉਹਨੂੰ ਪੈਸੇ ਚਾਹੀਦੇ ਸੀ ਕਹਿੰਦੇ ਕੋਈ ਗੱਲ ਨਹੀਂ ਹੀ ਹੈਡ ਨੋ ਚੁਆਇਸ ਉਸ ਕੋਲ ਕੋਈ ਚਾਰਾ ਨਹੀਂ ਸੀ ਹੀ ਸਟੂਡ ਸਟੈਂਡ ਮੈਨ ਨੇ ਖੜਾ ਹੋਣਾ ਸਟੂਡ ਮੈਨ ਨੇ ਖੜਾ ਹੋਇਆ ਹੀ ਸਟੂਡ ਉਹ ਖੜਾ ਹੋਇਆ ਇਨ ਦੀ ਫਰੋਜ਼ਨ ਪੌਂਡ ਜੰਮੇ ਹੋਏ ਤਲਾਬ ਵਿੱਚ 올 ਥਰੂ ਦਾ ਨਾਈਟ ਸਾਰੀ ਰਾਤ ਵਿੱਚ ਸ਼ਿਵਰਿੰਗ ਸ਼ਿਵਰਿੰਗ ਮੈਨ ਨੇ ਕੰਬਦੇ ਹੋਏ ਉਹ ਵਿਚਾਰਾ ਪੂਰ ਜਿਹੜਾ ਗਰੀਬ ਆਮਣ ਸੀ ਉਹ ਸਾਰੀ ਰਾਤ ਕੰਮ ਕਰ ਰਿਹਾ ਪਰ ਸਾਰੀ ਰਾਤ ਬਿਨਾ ਕੱਪੜਿਆਂ ਦੇ ਉਹ ਜੰਮੇ ਹੋਏ ਤਲਾਬ ਵਿੱਚ ਖੜਾ ਰਿਹਾ ਕਿਹਦੀ ਖਾਤਰ ਕਿ ਉਹਨੂੰ ਕੁਝ ਪੈਸੇ ਮਿਲਣਗੇ ਤੇ ਉਹਨਾਂ ਪੈਸਿਆਂ ਦੇ ਨਾਲ ਉਹ ਆਪਣੇ ਪਰਿਵਾਰ ਨੂੰ ਕੋਈ ਪ੍ਰਸ਼ਾਦਾ ਪਾਣੀ ਛਕਾਏਗਾ ਇਨ ਦੀ ਮਾਰਨਿੰਗ ਸਵੇਰੇ ਹੀ ਰਿਟਰਨਡ ਉਹ ਮੁੜ ਕੇ ਆਇਆ ਰਿਟਰਨ ਮਨੇ ਵਾਪਸ ਆਣਾ ਕਿਥੇ ਟੂ ਅਕਬਰਸ ਕੋਟ ਅਕਬਰ ਦੇ ਦਰਬਾਰ ਵਿੱਚ ਆਇਆ ਟੂ ਰੀਸੀਵ ਲੈਣ ਵਾਸਤੇ ਪ੍ਰਾਪਤ ਕਰਨ ਵਾਸਤੇ ਹਿਸ ਰਿਵਾਰਡ ਆਪਣਾ ਇਨਾਮ ਇਨਾਮ ਕਿਹੜਾ ਸੀਗਾ ਕਿ ਜੇ ਸਾਰੀ ਰਾਤ ਖੜਾ ਹੋ ਗਿਆ ਬਿਨਾਂ ਕੱਪੜਿਆਂ ਦੇ ਜੰਮੇ ਚਲਾ ਦੇ ਤੇ ਉਹਨੂੰ 2000 ਸੋਨੇ ਦੇ ਸਿੱਕੇ ਜਾਂ 2000 ਸੋਨੇ ਦੀਆਂ ਮੋਰਾ ਮਿਲਣ ਗਿਆ ਸੋ ਟੂ ਰੀਸੀਵ ਇਸ ਰਿਵਾਰਡ ਦਾ ਆਪਣਾ ਇਨਾਮ ਲੈਣ ਵਾਸਤੇ ਆਫ ਕਿਹੜਾ ਇਨਾਮ ਸੀ ਬੱਚਿਓ 2000 ਕੁਆਇਨਸ 2000 ਸੋਨੇ ਦੇ ਸਿੱਕੇ ਲੈਣ ਲਈ ਉਹ ਰਾਜੇ ਦੇ ਦਰਬਾਰ ਵਿੱਚ ਆ ਗਿਆ ਸਾਰੀ ਹੱਥ ਖੜਾ ਹੋ ਗਿਆ ਸਪਾਈ ਪੈਰੇ ਤੇ ਸੀਗੇ ਇਹ ਦੇਖਣ ਲਈ ਕਿ ਵਾਕਈ ਹੈ ਕੋਈ ਹੈਰਾ ਫੇਰੀ ਤੇ ਨਹੀਂ ਕਰਦਾ ਖੜਾ ਹੁੰਦਾ ਕਿ ਨਹੀਂ ਹੁੰਦਾ ਤੇ ਉਹਨਾਂ ਨੇ ਕਿਹਾ ਤਾਂ ਵੀ ਇਹ ਖੜਾ ਹੋਇਆ ਤੇ ਉਹ ਆ ਗਿਆ ਸਵਰੇ ਆਪਣਾ ਇਨਾਮ ਲੈਣ ਵਾਸਤੇ ਦੀ ਕਿੰਗਾ ਸੁਨ ਰਾਜਾ ਪ੍ਰਭਾਵਿਤ ਸੀ ਕਿਉਂਕਿ ਰਾਜੇ ਨੇ ਮਹਿਸੂਸ ਕੀਤਾ ਨਾ ਉਹ ਸਿਆੜਾ ਦਾ ਸਮਾਂ ਸੀਗਾ ਰਾਜੇ ਨੂੰ ਤੇ ਸਾਰੇ ਸੁੱਖ ਆਰਾਮ ਸੀਗੇ ਉਹਨੇ ਉਹਨਾਂ ਦੇ ਸ਼ਾਲ ਕੱਪੜੇ ਸਵਟਰ ਪੰਨੀਕੀ ਕੀ ਪਾਇਆ ਹੋਣਾ ਹੈ ਨਾ ਅੰਦਰ ਉਹਦੇ ਮਸ਼ਾਲਾਂ ਜਲਦੀਆਂ ਹੋਣੀਆਂ ਨੇ ਨਿੱਗ ਹੋਣਾ ਹੈ ਸਭ ਕੁਝ ਹੋਣਾ ਹੈ ਤੇ ਉਹਨੂੰ ਠੰਡ ਮਹਿਸੂਸ ਹੋ ਰਹੀ ਸੀ ਤੇ ਉਹਦੇ ਲਈ ਤੇ ਲੱਗਦਾ ਸੀ ਇਹ ਬੜਾ ਅਨੋਖਾ ਜਿਹਾ ਕੰਮ ਹੋਏਗਾ ਇਹ ਬੜਾ ਅਸੰਭਵ ਜਿਹਾ ਕੰਮ ਹੋਏਗਾ ਨਾਮੁਮਕਿਨ ਜਿਹਾ ਕੰਮ ਹੋਏਗਾ ਪਰ ਵਿਚਾਰਾ ਗਰੀਬ ਜਿਹੜਾ ਗਰੀਬੀ ਸੀ ਉਹਨੇ ਕਿਹਾ ਨਾ ਗਰੀਬੀ ਸਾਰਾ ਕੁਝ ਕਰਵਾ ਦਿੰਦੀ ਹੈ ਸੋ ਦੀ ਕਿੰਗ ਆਸ ਦੀ ਬ੍ਰਾਹਮਣ ਰਾਜੇ ਨੇ ਬ੍ਰਾਹਮਣ ਨੂੰ ਪੁੱਛਿਆ ਹਾਊ ਕੁਡ ਯੂ ਸਟੈਂਡ ਤੂੰ ਕਿਵੇਂ ਖੜਾ ਹੋ ਸਕਿਆ ਕੁਡ ਯੂ ਕੁਡ ਦੇ ਨਾਲ ਹਮੇਸ਼ਾ ਫਸਟ ਫਾਰਮ ਆਏਗੀ ਕੁਡ ਸ਼ੁਡ ਵੁਡ ਡਿਡ ਡੂ ਡਸ ਵਿਲ ਸ਼ੈਲ ਸਾਰਿਆਂ ਨਾਲ ਬੱਚਿਓ ਹਮੇਸ਼ਾ ਫਸਟ ਫਾਰਮ ਆਏਗੀ ਹਾਊ ਕੁਡ ਯੂ ਸਟੈਂਡ ਗੱਲ ਭੂਤ ਕਾਲ ਦੀ ਹੈ ਹਾਊ ਕੁਡ ਯੂ ਸਟੈਂਡ ਇਨ ਦੀ ਫਰੋਜ਼ਨ ਪੌਂਡ ਫਰੋਜ਼ਨ ਪੌਂਡ ਤੇ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੈ ਪੌਂਡ ਮੈਨੇ ਤਲਾ ਫਰੋਜ਼ਨ ਮੈਨ ਜੰਮਿਆ ਤਲਾ ਇਨ ਸੱਚ ਐਨ ਐਕਸਟ੍ਰੀਮ ਟੈਂਪਰੇਚਰ ਜਿਵੇਂ ਐਕਸਟ੍ਰੀਮ ਮੈਂ ਦੱਸਿਆ ਨਾ ਸਿਰਾ ਟੈਂਪਰੇਚਰ ਨਾ ਤਾਪਮਨ ਇਸ ਸਿਰੇ ਦੇ ਤਾਪਮਨ ਵਿੱਚ ਵੀ ਅਤ ਦੀ ਠੰਡ ਵਿੱਚ ਹੁਣ ਐਕਸਟ੍ਰੀਮ ਟੈਂਪਰੇਚਰ ਬੱਚਿਓ ਜੇ ਇਹੀ ਗੱਲ ਗਰਮੀਆਂ ਦੀ ਹੋ ਰਹੀ ਹੁੰਦੀ ਨਾ ਫਿਰ ਐਕਸਟ੍ਰੀਮ ਟੈਂਪਰੇਚਰ ਦਾ ਮਤਲਬ ਹੋਣਾ ਸੀ ਅਤ ਦੀ ਗਰਮੀ ਪਰ ਹੁਣ ਇਹ ਗੱਲ ਕਿਹਦੀ ਚੱਲਦੀ ਪਈ ਹੈ ਠੰਡਾਂ ਦੀ ਤੇ ਐਕਸਟ੍ਰੀਮ ਟੈਂਪਰੇਚਰ ਦਾ ਮਤਲਬ ਕੀ ਹੋ ਗਿਆ ਠੰਡ ਅਤ ਦੀ ਠੰਡ ਸੋ ਐਕਸਟ੍ਰੀਮ ਟੈਂਪਰੇਚਰ ਬੱਚਿਓ ਜਿਹੜਾ ਹੈ ਇਹਦਾ ਮਤਲਬ ਹੈ ਅਤ ਦਾ ਤਾਪਮਨ ਤੇ ਜੇ ਗਰਮੀਆਂ ਦੀ ਗੱਲ ਹੈ ਅਤ ਦਾ ਤਾਪਮਨ ਗਰਮੀ ਵਾਲਾ ਮੰਨਿਆ ਜਾਏਗਾ ਤੇ ਜੇ ਠੰਡ ਦੀ ਗੱਲ ਹੋ ਰਹੀ ਹੈ ਤੇ ਅਤ ਦਾ ਤਾਪਮਨ ਠੰਡਾ ਵਾਲਾ ਮੰਨਿਆ ਜਾਏਗਾ ਠੀਕ ਗਰਮੀ ਦਾ ਮੰਨਿਆ ਤੂੰ ਇਹਨੇ ਕਿਹਾ ਵੀ ਤੂੰ ਆਤ ਦੇ ਤਾਪਮਾਨ ਵਿੱਚ ਅਰਥਾਤ ਇੰਨੀ ਕੜਾਕੇ ਦੀ ਠੰਡ ਵਿੱਚ ਜੰਮੇ ਹੋਏ ਤਲਾਬ ਦੇ ਵਿੱਚ ਕਿਦਾਂ ਖੜਾ ਹੋ ਗਿਆ ਤੂੰ ਤੂੰ ਕਿਦਾਂ ਖੜਾ ਰਿਹਾ ਦੀ ਇਨੋਸੈਂਟ ਇਨੋਸੈਂਟ ਦੇ ਵਿੱਚ ਦੋ ਮਤਲਬ ਹੁੰਦੇ ਨੇ ਇੱਕ ਤੇ ਹੁੰਦਾ ਹੈ ਇਨੋਸੈਂਟ ਦਾ ਨਿਰਦੋਸ਼ ਜਿੰਨੇ ਕੋਈ ਗੁਨਾਹ ਨਹੀਂ ਕੀਤਾ ਜਿੱਲੇ ਬੰਦਾ ਬੰਦੇ ਤੇ ਕੋਈ ਦੋਸ਼ ਲੱਗੇ ਤੇ ਸੁਣਵਾਈ ਹੋਵੇ ਤੇ ਉਹ ਬਰੀ ਹੋ ਜਾਏ ਤੇ ਅਸੀਂ ਕਹਿੰਦੇ ਹੀ ਹੈਜ਼ ਬੀਨ ਪ੍ਰੂਵਡ ਇਨੋਸੈਂਟ ਇਹ ਬੰਦਾ નિર્ਦੋਸ਼ ਸਾਬਿਤ ਕਰ ਦਿੱਤਾ ਗਿਆ ਹੈ। ਇੱਕ ਤੇ ਮਤਲਬ ਇਹ ਹੁੰਦਾ ਵੀ ਦੋਸ਼ ਲੱਗਾ, ਦੋਸ਼ ਤੋਂ ਬਰੀ ਹੋ ਗਿਆ ਤੇ ਕਹਿੰਦੇ ਹੀ ਇਜ਼ ਇਨੋਸੈਂਟ। ਇੱਕ ਸਾਡਾ ਜਿਹੜਾ ਆਮ ਬੰਦੇ ਜਿਹੜੇ ਭੋਲਾਪਨ ਹੁੰਦਾ ਹੈ। ਕਿ ਉਹਨੂੰ ਚੁਸਤੀ ਚਲਾਕੀ ਨਹੀਂ ਆਉਂਦੀ। ਉਹਦੇ ਲਈ ਵੀ ਅਸੀਂ ਅਖਰ ਵਰਤਦੇ ਹਾਂ ਇਨੋਸੈਂਟ। ਜਿਦਾ ਅਸੀਂ ਕਹਿੰਨੇ ਆ ਦੀ ਚਿਲड्रन ਆਰ ਇਨੋਸੈਂਟ। ਬੱਚੇ ਜਿਹੜੇ ਨੇ ਉਹ ਭੋਲੇ ਹੁੰਦੇ ਨੇ। ਉਹਨਾਂ ਨੂੰ ਨਹੀਂ ਪਤਾ ਕੀ ਕਰਨਾ। ਮਣੀ ਚੁਸਤੀਆਂ ਚਲਾਕੀਆਂ ਤੇ ਬੱਚੇ ਅਸੀਂ ਵੱਡਿਓਗੇ ਕਿ ਸਿੱਖਦੇ ਆ ਨਾ ਅਸੀਂ ਹਰਾ ਫੇਰੀ ਕਰਨੀ ਸ਼ੁਰੂ ਕਰ ਦਿੰਦੇ ਆ। ਝੂਠ ਕਿੱਦਾਂ ਬੋਲਣਾ ਹੈ, ਛਲਕਪੜ ਕਿੱਦਾਂ ਕਰਨਾ ਹੈ ਹਨਾ। ਤੇ ਅਸੀਂ ਵੱਡੋ ਕਿਸੇ ਕਰਿਆ ਛੋਟੇ ਬੱਚੇ ਨੂੰ ਨਹੀਂ ਪਤਾ ਹੁੰਦਾ ਸੋ ਖੈਰ ਕਈ ਬੱਚੇ ਕਈ ਰੱਬ ਦੇ ਬੰਦੇ ਵੀ ਐਸੇ ਹੁੰਦੇ ਨੇ ਬੜੇ ਪਿਆਰੇ ਜਿਹੜੇ ਭੋਲੇ ਹੁੰਦੇ ਨੇ ਸੋ ਦੀ ਇਨੋਸੈਂਟ ਬ੍ਰਾਹਮਣ ਰਿਪਲਾਈਡ ਉਸ ਭੋਲੇ ਬ੍ਰਾਹਮਣ ਨੇ ਜਵਾਬ ਦਿੱਤਾ ਭੋਲਾਪਨ ਸੀ ਉਹ ਕੁਝ ਵੀ ਕਹਿ ਸਕਦਾ ਸੀਗਾ ਉਹਨੇ ਸੱਚੀ ਗੱਲ ਦੱਸ ਦਿੱਤੀ ਹਨਾ ਦੀ ਇਨੋਸੈਂਟ ਭੋਲੇ ਬ੍ਰਾਹਮਣ ਨੇ ਕਿਹਾ ਜਵਾਬ ਦਿੱਤਾ ਆਈ ਕੁਡ ਸੀ ਮੈਂ ਦੇਖ ਸਕਦਾ ਸੀ ਕਿ ਕੁੜ्डा ਕਰਨ ਬੱਚੋ ਕੁੜਦੇ ਨਾਲ ਸੀ ਫਰਸਟ ਫਾਰਮ ਆ ਗਈ ਆਈ ਕੁਡ ਸੀ ਮੈਂ ਦੇਖ ਸਕਦਾ ਸੀ ਫੇਂਟਲੀ ਮਨੇ ਮੱਧਮ ਜੇ ਫਿੱਕੇ ਜੇ ਹਨਾ ਗਲੋਇੰਗ ਬਲਦੇ ਹੋਏ ਲਾਈਟਸ ਮਨੇ ਦੀਵੇ ਆਫ ਦੀ ਮਨੇ ਦੇ ਕੀ ਪੈਲਸ ਮਹਿਲ ਅਰਥਾਤ ਮਹਿਲ ਦੇ ਮੱਧਮ ਜਗ ਦੇ ਦੀਵੇ ਦੇਖ ਸਕਦਾ ਸੀ ਦੇਖੋ ਬੱਚਿਓ ਸਟਾਰਟਿੰਗ ਵਿੱਚ ਕੀ ਕੀਤਾ ਕੀ ਗੱਲ ਕਹੀ ਹੋਈ ਹੈ ਕਿ ਅਕਬਰ ਦੇ ਦਰਬਾਰ ਦੇ ਅਕਬਰ ਦੇ ਮਹਿਲ ਦੇ ਲਾਗੇ ਦੇ ਸਾਰੇ ਤਲਾਹ ਅਤੇ ਝੀਲ ਜਮੁਗੇ ਸੀ ਮਨ ਲਗੀ ਜਿਹੜਾ ਤਲਾਹ ਹੈਗਾ ਉਹ ਅਕਬਰ ਦੇ ਮਹਿਲ ਦੇ ਕਿਤੇ ਲਾਗੇ ਹੈ ਠੀਕ ਹੈ ਨਾ ਤੇ ਮਹਿਲ ਉਥੋਂ ਜਿੱਥੇ ਉਹ ਤਲਾਜ ਖੜਾ ਸੀਗਾ ਉਥੋਂ ਨਜ਼ਰ ਆ ਰਿਆ ਸੀਗਾ ਤੇ ਖਿੜਕੀਆਂ ਦਰਵਾਜ਼ੇ ਜਿਹੜੇ ਹੁੰਦੇ ਨੇ ਸ਼ੀਸ਼ੇ ਲੱਗੇ ਹੁੰਦੇ ਨੇ ਹਨਾ ਘਰਾਂ ਵਿੱਚ ਤੇ ਉਥੇ ਦੀਵੇ ਵੀ ਬਲਦੇ ਸੀ ਮਸ਼ਾਲਾਂ ਬਲਦੀਆਂ ਸੀਗੀਆਂ ਤੇ ਕਹਿੰਦਾ ਆਈ ਕੁਡ ਸੀ ਮੈਂ ਦੇਖ ਸਕਦਾ ਸੀਗਾ ਕਿ ਫੇਂਟਲੀ ਮੱਧਮ ਜੇ ਗਲੋਇੰਗ ਬਲਦੇ ਹੋਏ ਦੀਵੇ ਆਫ ਦੀ ਪੈਲੇਸ ਮੈਂ ਮਹਿਲ ਦੇ ਮੱਧਮ ਜਗ ਦੇ ਦੀਵੇ ਦੇਖ ਸਕਦਾ ਸੀ ਆ ਮਾਈਲ ਉਹ ਇੱਕ ਮੀਲ ਦੂਰ ਇੱਕ ਮੀਲ ਕਰੀਬ ਬੱਚਿਓ ਪੌਣੇ 1-2 ਕਿਲੋਮੀਟਰ ਦੇ ਬਰਾਬਰ ਹੁੰਦਾ ਹੈ ਅੱਜ ਕੱਲ੍ਹ ਅਸੀਂ ਮੀਲ ਘਟ ਵਰਤਦੇ ਆ ਕਿਲੋਮੀਟਰ ਵਰਤਦੇ ਆ ਤੁਸੀਂ ਕਹਿ ਲਓ ਡੇਢ ਤੋਂ ਪੌਣੇ 2 ਕਿਲੋਮੀਟਰ ਹਨਾ ਹੁਣ 15 ਥਾਂ ਹੋਵੇ ਅਸੀਂ ਦੇਖਦੇ ਪਿੰਡਾਂ 'ਚ ਵੀ ਇੱਕ ਪਿੰਡ ਤੋਂ ਦੂਜੇ ਪਿੰਡ ਹਨਾ ਸਾਨੂੰ ਕੋਈ ਘਰਾਂ 'ਚ ਦੀਵੇ ਲਾਈਟਾਂ ਜਗਦੀ ਨਜ਼ਰ ਆਈ ਜਾਂਦੀਆਂ ਜਿੱਦ ਲਈ ਅਸੀਂ ਬਾਹਰ ਕਿਤੇ ਹਨੇਰੇ ਹੋਏ ਆਪਣੇ ਪਿੰਡ ਪਹੁੰਚ ਰਹੇ ਹੁੰਨੇ ਆ ਖੇਤਾਂ ਵਿੱਚੋਂ ਹਨਾ ਤੇ ਸਾਨੂੰ ਲਾਈਟ ਨਜ਼ਰ ਆ ਜਾਂਦੀ ਹੈ ਤੇ ਉਦੋਂ ਤੇ ਇੰਨੀ ਆਬਾਦੀ ਵੀ ਨਹੀਂ ਸੀਗੀ ਸੋ ਇਹਦਾ 15 ਜਾਂ ਥਾਂ ਹੈਗਾ ਤੇ ਨਾਲੇ ਮਹਿਲ ਦੇ ਆਲੇ ਦੁਆਲੇ ਤੇ ਵੈਸੀ ਕੋਈ ਵਸੂਨੀ ਹੁੰਦੀ ਹੋਣੀ ਜਿਆਦਾ ਰਾਜਿਆਂ ਦਾ ਮਹਿਲ ਤੇ ਵੱਖਰਾ ਕਰਕੇ ਹੁੰਦਾ ਹੈ ਤੇ ਉਹਨੂੰ ਕਰੀਬ 1.5 ਕਿਲੋਮੀਟਰ ਪੌਣੇ 2 ਕਿਲੋਮੀਟਰ 1 ਮੀਲ ਦੀ ਦੂਰੀ ਦੇ ਉੱਤੇ ਉਹਨੂੰ ਮਹਿਲ ਦੇ ਵਿੱਚ جگਦੇ ਹੋਏ ਦੀਵੇ ਮਦਮ ਜੇ ਨਜ਼ਰ ਆ ਰਹੇ ਸੀ ਕਿ ਕਹਿੰਦਾ ਐਂਡ that was a ray of hope ਉਹ ਮੇਰੇ ਲਈ ਰੇ ਮੈਨੇ ਉਹ ਚੋ ਕਿਰਨ ਹੋਪ ਹੁੰਦੀ ਹੈ ਆਸ ਤੇ ਰੇ ਆਫ ਹੋਪ ਬੱਚੋ ਲਿਖ ਲਵੋ ਇਹ ਇੱਕ ਮੁਹਾਵਰਾ ਹੈ ਰੇ ਆਫ ਹੋਪ ਇਹਨੂੰ ਕਹਿੰਦੇ ਆਂ ਆਸ ਦੀ ਕਿਰਨ ਕੀ ਕਹਿੰਦੇ ਆ ਆਸ ਦੀ ਕਿਰਨ ਸੋ ਅ ਰੇ ਆਫ ਹੋਪ ਜਿੱਦਾਂ ਮੈਂ ਕਹਾਂ ਓਨਲੀ ਪ੍ਰੇਅਰ ਇਜ਼ ਮਾਈ ਰੇ ਆਫ ਹੋਪ ਹੁਣ ਤੇ ਅਰਦਾਸ ਕਰਨੀ ਹੀ ਮੇਰੇ ਵਾਸਤੇ ਆਸ ਦੀ ਕਿਰਨ ਹੈ ਹਨਾ ਜਿਵੇਂ ਬੰਦਾ ਸਾਰੇ ਹੀਲੇ ਵਰਤ ਹਟਦਾ ਕੁਛ ਚਾਰਾ ਨਹੀਂ ਚੱਲਦਾ ਕਹਿੰਦਾ ਨਾਓ ਓਨਲੀ ਪ੍ਰੇਅਰ ਇਜ਼ ਮਾਈ ਰੇ ਆਫ ਹੋਪ ਹੁਣ ਤੇ ਅਰਦਾਸ ਕਰਨੀ ਹੀ ਮੇਰੇ ਲਈ ਇੱਕ ਆਸ ਦੀ ਕਿਰਨ ਹੈ ਸੋ ਕਹਿੰਦਾ ਉਹ ਮੇਰੇ ਵਾਸਤੇ ਉਹ ਦੀਵੇ ਜਿਹੜੇ ਸੀਗੇ ਮੱਧਮ ਜਿਹਾ ਜਗਦੇ ਉਹ ਕੀ ਸੀ ਮੇਰੇ ਲਈ ਆਸ ਦੀ ਕਿਰਨ ਸੀ that that many o diwe was c a ray of hope o mere layi ik aasthi kirn si us bhole brahman ne sacchi gall apne man di das ditti raaje nu ha na agge chali ki dekho kenda i kept looking at the lights i mane main divyan vall dekh da riya main apna dhyan utthe rakhiya kinne main talab vich khada riya kam da riya ਪਰ ਮੈਂ ਆਪਣਾ ਧਿਆਨ ਮੈਂ ਉਹ ਦੀਵਿਆਂ ਵੱਲ ਦੇਖਦਾ ਰਿਹਾ ਐਂਡ ਥਿੰਕਿੰਗ ਅਤੇ ਸੋਚਦਾ ਰਿਹਾ ਕਿਹਦੇ ਬਾਰੇ ਅਬਾਊਟ ਮਾਈ ਫੈਮਿਲੀ ਆਪਣੇ ਪਰਿਵਾਰ ਬਾਰੇ ਸੋਚਦਾ ਰਿਹਾ ਕੀ ਸੋਚਦਾ ਰਿਹਾ ਥੈਟ ਕਿ ਦੇ ਉਹ ਦੇ ਗੋਡ ਉਹਦੀ ਪਤਨੀ ਤੇ ਉਹ ਬੱਚੇ ਵਿਲ ਗੈਟ ਪ੍ਰਾਪਤ ਕਰਨਗੇ ਕੀ ਫੂਡ ਖਾਣਾ ਕਿ ਉਹਨਾਂ ਨੂੰ ਖਾਣਾ ਮਿਲੇਗਾ ਕਿੱਦਾਂ ਮਿਲੇਗਾ ਇਫ ਆਈ ਜੇ ਮੈਂ ਕੰਟੀਨਿਊ ਟੂ ਸਟੈਂਡ ਇਨ ਦਾ ਪੌਂਡ ਜੇ ਮੈਂ ਇਸੇ ਤਰ੍ਹਾਂ ਪੌਂਡ ਵਿੱਚ ਤਲਾਹ ਦੇ ਵਿੱਚ ਮਨ ਮਾਰ ਕੇ ਖੜਾ ਰਿਹਾ ਕੰਟੀਨਿਊ ਮਨੇ ਵਿੱਚੋਂ ਮੈਦਾਨ ਨਹੀਂ ਛੱਡਿਆ ਮੈਂ ਘਬਰਾ ਕੇ ਭੱਜਿਆ ਨਹੀਂ ਤੇ ਮੈਂ ਕੀ ਕੀਤਾ ਮੈਂ ਦੀਵਿਆਂ ਵੱਲ ਦੇਖਦਾ ਰਿਹਾ ਹਨਾ ਤੇ ਦੀਵਿਆਂ ਵੱਲ ਦੇਖਦੇ ਹੋਏ ਮੈਂ ਆਪਣੇ ਪਰਿਵਾਰ ਬਾਰੇ ਸੋਚਦਾ ਰਿਹਾ ਕਿ ਜੇ ਮੈਂ ਇਦਾਂ ਖੜਾ ਹੋ ਜਾਵਾਂ ਜਿਵੇਂ ਸਾਰੀ ਰਾਤ ਇਹਦਾ ਕੰਟੀਨਿਊ ਕਰਾਂ ਜਾਰੀ ਰੱਖਾਂ ਜੋ ਮੈਂ ਖੜਾ ਹਾਂ ਜੇ ਮੈਂ ਇਸ ਕਿਰਿਆ ਨੂੰ ਜਾਰੀ ਰੱਖਾਂ ਸਵੇਰ ਤੱਕ ਤੇ ਮੈਨੂੰ ਪੈਸੇ ਮਿਲਣਗੇ ਤੇ ਉਸ ਪੈਸੇ ਦੇ ਨਾਲ ਮੈਂ ਆਪਣੇ ਪਰਿਵਾਰ ਨੂੰ ਪ੍ਰਸ਼ਾਦਾ ਪਾਣੀ ਛਕਾ ਸਕਾਂਗਾ ਸੋ ਇਫ ਆ ਕੰਟੀਨਿਊ ਟੂ ਸਟੈਂਡ ਇਨ ਦੀ ਪੌਂਡ ਉਹਨੇ ਇਦਾਂ ਸੋਚਿਆ ਉਹਨੇ ਗੱਲ ਆਪਣੀ ਦਸ ਦਿੱਤੀ ਰਾਜੇ ਨੂੰ ਕਹਿੰਦੇ ਅਕਬਰ ਸਡਨਲੀ ਅਕਬਰ ਜਿਹੜਾ ਪਹਿਲੇ ਤੇ ਉਹਦੇ ਇਸ ਕਾਰੇ ਤੋਂ ਪ੍ਰਭਾਵਿਤ ਸੀਗਾ ਹਨਾ ਤੇ ਉਹਨੂੰ ਇਨਾਮ ਦੇਣਾ ਸੀ ਉਹਨੂੰ ਤੇ ਉਹ ਨਾਲੇ ਉਹਨੂੰ ਦੇਖਿਆ ਠੰਡ ਬੜੀ ਹੈ ਤੇ ਬੰਦਾ ਤੇ ਕੱਪੜਿਆਂ ਤੋਂ ਬਿਨਾ ਜੰਮੇ ਉਹ ਇਤਲਾਕ ਵਿੱਚ ਖੜਾ ਹੋ ਗਿਆ ਅਕਬਰ ਸਡਨਲੀ ਸਡਨਲੀ ਮਨੇ ਅਚਾਨਕ ਬਿਲਕੁਲ ਚਾਨਚਕ ਅਚਾਨਕ became very stern ਉਹਦਾ ਮિજાਜ ਉਹਦਾ ਮિજાਜ ਕਰੜਾ ਹੋ ਗਿਆ ਉਹਦਾ ਮੂਡ ਪਹਿਲੇ ਜਿਹੜਾ ਪ੍ਰਵਾਹ ਵਾਲਾ ਸੀਗਾ ਹੁਣ ਸਖਤ ਹੋ ਗਿਆ ਕਰੜਾ ਹੋ ਗਿਆ ਰੁੱਖਾ ਹੋ ਗਿਆ ਸਟਰਨ ਮੈਨੇ ਹੁੰਦਾ ਸਖਤ ਜਿੱਦਾਂ ਹੁੰਦਾ ਨਾ ਬੰਦਾ ਬੇਰੁੱਖਾ ਬਿਲਕੁਲ ਪੱਥਰ ਦਿਲ ਕਹਿੰਦੇ ਸਟਰਨ ਬੜਾ ਸਖਤ ਕਾਨੂੰਨ ਦਾ ਪੱਕਾ ਜਿੱਦਾਂ ਹੁੰਦਾ ਨਾ ਉਹਨੂੰ ਕਹਿੰਦੇ ਸਟਰਨ ਅਕਬਰ ਸਡਨਲੀ ਬਿਕਮ ਵੈਰੀ ਸਟਰਨ ਅਚਾਨਕ ਉਹਦਾ ਅਕਬਰ ਦਾ ਮੂਡ ਉਹਦਾ ਮિજાਜ ਜਿਹੜਾ ਹੈ ਨਾ ਉਹ ਸਖਤੀ ਵਾਲਾ ਰੁਖ ਲੈ ਗਿਆ ਅੱਗੇ ਚਲੀਏ ਦੇਖੋ ਹੀ ਸੈਡ ਹਾਰਸ਼ਲੀ ਹਾਰਸ਼ ਹੁੰਦਾ ਸਖਤ ਖਰਵੇ ਬੋਲ ਬੋਲਣੇ ਹਾਰਸ਼ਲੀ ਉਹਨੇ ਸਖਤੀ ਨਾਲ ਬੋਲਿਆ ਹੀ ਸੈਡ ਕੌਣ ਅਕਬਰ ਸਖਤੀ ਨਾਲ ਬੋਲਿਆ ਉਹ ਬ੍ਰਾਹਮਣ ਕੋਈ ਬ੍ਰਾਹਮਣ ਯੂ ਹੈਵ ਚੀਟਡ ਮੀ ਤੂੰ ਮੈਨੂੰ ਧੋਖਾ ਦਿੱਤਾ ਹੈ ਇਹ ਦੇਖੋ ਬੱਚਿਓ ਜਿੱਥੇ ਹੈਵ ਆਏਗਾ ਨਾ ਹੈਵ ਹੈਵ ਦੇ ਨਾਲ ਹਮੇਸ਼ਾ ਥਰਡ ਫਾਰਮ ਆਏਗੀ ਚੀਟਡ ਯੂ ਹੈਵ ਚੀਟਡ ਹੈਜ਼ ਚੀਟਡ ਹੈਡ ਚੀਟਡ ਵਿਲ ਹੈਵ ਚੀਟਡ ਵੁੱਡ ਹੈਵ ਚੀਟਡ ਸ਼ੈਲ ਹੈਵ ਚੀਟਡ ਸ਼ੁੱਡ ਹੈਵ ਚੀਟਡ ਹਮੇਸ਼ਾ ਯਾਦ ਰੱਖਣਾ ਜਿੱਥੇ ਹੈਜ਼ ਹੈਵ ਹੈਡ ਆਏਗਾ ਬੱਚਿਓ ਉੱਥੇ ਹਮੇਸ਼ਾ ਥਰਡ ਫਾਰਮ ਹੈ ਇਹ ਸਾਰੀਆਂ ਗੱਲਾਂ ਪਿਆਰੇ ਬੱਚਿਓ ਨੋਟ ਕਰੀ ਜਾਓ ਔਰ ਮੈਨੂੰ ਯਕੀਨ ਹੈ ਸਾਰੀ ਕਿਤਾਬ ਕਰਦੇ ਕਰਦੇ ਗ੍ਰਾਮਰ ਦੇ ਨੁਕਤੇ ਇਦਾਂ ਇੱਕ ਇੱਕ ਕਰਕੇ ਸਾਰੇ ਤੁਹਾਡੇ ਇਕੱਠੇ ਹੋ ਜਾਣਗੇ ਤੇ ਤੁਹਾਡੇ ਲਈ ਅੰਗਰੇਜ਼ੀ ਸਿੱਖਣੀ ਸਾਰੀ ਬੜੀ ਕਮਾਲ ਦੀ ਗੱਲ ਹੋ ਜਾਏਗੀ ਬਹੁਤ ਸੌਖਾ ਕੰਮ ਹੋ ਜਾਏਗਾ ਬਸ ਤੁਸੀਂ ਨੋਟ ਕਰੀ ਜਾਣੀ ਗੱਲਾਂ ਜੇ ਤੁਸੀਂ ਇਕੱਲਾ ਵੀਡੀਓ ਦੇਖਿਆ ਨੋਟ ਨਹੀਂ ਕੀਤਾ ਤੁਹਾਨੂੰ ਭੁੱਲ ਜਾਣਾ ਠੀਕ ਹੈ ਸੋ ਇਸ ਕਰਕੇ ਨੋਟ ਕਰਨਾ ਬੜਾ ਜ਼ਰੂਰੀ ਹੈ ਹੈਜ਼ ਹੈਵ ਹੈਡ ਦੇ ਨਾਲ ਫਰਸਟ ਫਾਰਮ 第三 ਫਾਰਮ ਆਏਗੀ ਕੈਨ ਕੁਡ ਵਿਲ ਊਡ ਸ਼ਲ ਸ਼ੁੱਡ ਡਿਡ ਡੂ ਡਜ਼ ਨਾਲ ਫਰਸਟ ਫਾਰਮ ਆਏਗੀ ਟੂ ਤੋਂ ਬਾਅਦ ਫਰਸਟ ਫਾਰਮ ਆਏਗੀ ਅਬ ਜੇ ਥੋੜੀ ਹੋਤੇ ਗੱਲਾਂ ਆਈਆਂ ਬਾਰ-ਬਾਰ ਰਿਪੀਟ ਹੋਈ ਜਾਣਗੀਆਂ ਤੇ ਮੈਂ ਵੀ ਬਾਰ-ਬਾਰ ਰਿਪੀਟ ਕਰੀ ਜਾਵਾਂਗਾ ਤਾਂ ਕਿ ਜਿਹੜਾ ਬੱਚਾ ਵੀ ਕੋਈ ਨਵਾਂ ਦੇਖਦਾ ਉਹਨੂੰ ਇਹ ਗੱਲਾਂ ਦਾ ਪਤਾ ਲੱਗਦਾ ਜਾਏ ਠੀਕ ਹੈ ਯੂ ਹੈਵ ਚੀਟਡ ਮੀ ਉਹ ਬੰਮਣ ਤੂੰ ਮੈਨੂੰ ਧੋਖਾ ਦਿੱਤਾ ਹੈ ਆਈ ਵਿਲ ਨਾਟ ਗਿਵ ਯੂ ਮੈਂ ਤੈਨੂੰ ਨਹੀਂ ਦਵਾਂਗਾ ਐਨੀ ਰਿਵਾਰਡ ਫਾਰ ਥਿਸ ਐਨੀ ਰਿਵਾਰਡ ਵੀ ਕੋਈ ਵੀ ਇਨਾਮ ਫਾਰ ਥਿਸ ਇਹਦੇ ਲਈ ਮੈਂ ਤੈਨੂੰ ਇਹਦੇ ਲਈ ਕੋਈ ਇਨਾਮ ਨਹੀਂ ਦਵਾਗਾ ਰਿਵਾਰਡ ਪਹਿਲੇ ਬੱਚਿਓ ਸ਼ਬਦ ਦਾ ਅਰਥ ਮੈਂ ਕਰ ਚੁੱਕਾ ਇਸ ਕਰਕੇ ਮੈਂ ਰਿਪੀਟ ਨਹੀਂ ਕਰ ਰਿਹਾ ਲਿਖਿਆ ਨਹੀਂ ਇੱਥੇ ਮੈਂ ਯੂ ਲੁੱਕਡ ਐਟ ਦੀ ਪੈਲੇਸ ਲਾਈਟਸ ਤੂੰ ਇਹ ਪੈਲੇਸ ਮਨੇ ਮਹਿਲ ਲਾਈਟਸ ਮਨੇ ਲੈਂਪ ਤੂੰ ਮਹਿਲ ਦੀਆਂ ਰੋਸ਼ਨੀਆਂ ਮਹਿਲ ਦੇ ਜਿਹੜੇ ਦੀਵੇ ਵੱਲ ਦੇਖਿਆ ਐਂਡ ਅਤੇ ਗੌਟ ਵਾਰਮਥ ਵਾਰਮਥ ਹੁੰਦੀ ਬੱਚਿਓ ਨਿਗ ਵਾਰਮ ਦਾ ਮਤਲਬ ਹੁੰਦਾ ਨਿਗਾ ਇਹ ਲਿਖ ਲਓ ਬੱਚਿਓ ਕੋਲਡ ਮੈਨੇ ਠੰਡਾ ਠੀਕ ਹੈ ਹੌਟ ਮੈਨੇ ਗਰਮ ਤੇ ਵਾਰਮ ਮੈਨੇ ਨਿੱਗਾ ਠੀਕ ਹੈ ਹੀਟ ਮੈਨੇ ਗਰਮੀ ਤੇ ਕੂਲਨੈਸ ਮੈਨੇ ਠੰਡਕ ਤੇ ਵਾਰਮਥ ਮੈਨੇ ਨਿੱਗ ਵਾਰਮ ਮੈਨੇ ਨਿੱਗਾ ਤੇ ਵਾਰਮਥ ਮੈਨੇ ਨਿੱਗ ਵਾਰਮਥ ਜਿਹੜੀ ਏ ਉਹ ਨਾਮ ਹੈਗਾ ਨਾਉਨ ਹੈਗਾ ਤੇ ਵਾਰਮ ਜਿਹੜਾ ਹੈ ਉਹ ਵਿਸ਼ੇਸ਼ਣ ਹੈਗਾ ਉਹ ਐਡਜੈਕਟਿਵ ਹੈਗਾ ਠੀਕ ਹੈ ਬੱਚਿਓ so you looked at the palace lights and got warmed from the lights te tu roshniyan to tu oh diviyan to nigh lenda reya ae dekho mahal de diviyan wal dekhya te diviyan to nigh leya ki tu hira-vairi kiti hai tu te khada hona si thand vich talab vich par tu jehde mere mahal vich dive jagde si onan wal dekh ke onan to nigh le liya you do not deserve deserve mane hunde hakdaar hona to deserve ਟੂ ਡਿਜ਼ਰਵ ਮੈਨੇ ਕਿਸੇ ਚੀਜ਼ ਦੇ ਹੱਕਦਾਰ ਹੋਣਾ ਠੀਕ ਹੈ ਕਹਿੰਦਾ ਯੂ ਡੂ ਨੋਟ ਡਿਜ਼ਰਵ ਤੂੰ ਹੱਕਦਾਰ ਨਹੀਂ ਹੈਗਾ ਕਹਿੰਦਾ ਰਿਵਾਰਡ ਦਾ ਜਿਹੜਾ ਇਨਾਮ ਤੈਨੂੰ ਮੈਂ ਦਿੱ ਰਿਵਾਰਡ ਦੀ ਰਿਵਾਰਡ ਮੈਨੇ ਜਿਸ ਰਿਵਾਰਡ ਦੀ ਗੱਲ ਹੋ ਰਹੀ ਜਿਹਦੀ ਗੱਲ ਹੋ ਚੁੱਕੀ ਹੈ ਪਹਿਲੇ ਉਹ ਰਿਵਾਰਡ ਕਿਹੜਾ ਸੀ ਬੱਚੋ ਇਨਾਮ ਕਿਹੜਾ ਸੀਗਾ 2000 ਸੋਨੇ ਦੇ ਸਿੱਕੇ ਤੂੰ ਉਸ ਇਨਾਮ ਦਾ ਹੱਕਦਾਰ ਨਹੀਂ ਹੈਗਾ ਯੂ ਡੂ ਨੋਟ ਡਿਜ਼ਰਵ ਦੀ ਰਿਵਾਰਡ ਕਿਉਂਕਿ ਤੂੰ ਦੀਵਿਆਂ ਵੱਲ ਦੇਖ ਕੇ ਦੀਵਿਆਂ ਤੋਂ ਨਿਗ ਲੈ ਲਿਆ ਤੂੰ ਚੀਟਿੰਗ ਕੀਤੀ ਹੈ ਤੂੰ ਧੋਖਾ ਦਿੱਤਾ ਹੈ ਤੂੰ ਹੇਰਾਫੇਰੀ ਕੀਤੀ ਹੈ ਵੀਰਵਲ ਸੈਡ ਹੁਣ ਵੀਰਵਲ ਵਿਚਾਰਾ ਗਰੀਬ ਬ੍ਰਾਹਮਣ ਦੇ ਬਚਾਅ ਵਿੱਚ ਆਇਆ ਹਨਾ ਵੀਰਵਲ ਸੈਡ ਯੂਅਰ ਮੈਜੈਸਟੀ ਜਹਾਂ ਪਾ ਨਾ ਇਟ ਇਜ਼ ਇੰਪੋਸੀਬਲ ਇਹ ਨਾ ਮੁਮਕਿਨ ਹੈ ਟੂ ਗੈਟ ਪ੍ਰਾਪਤ ਕਰਨਾ ਦੀ ਵਾਰਮਡ ਨਿਗ ਫਰੋਮ ਦੀ ਲਾਈਟਸ ਦੀਵਿਆਂ ਤੋਂ ਗਲੋਇੰਗ ਬਲਦੇ ਹੋਏ ਸੋ ਫਾਰ ਅਵੇ ਇੰਨੀ ਦੂਰ ਅਰਥਾਤ ਇਹਨੂੰ ਕਿਦਾਂ ਕਹਾਂਗੇ ਪੰਜਾਬੀ ਇੰਨੀ ਦੂਰ ਜਗ ਦੇ ਬਲ ਦੇ ਦੀਵਿਆਂ ਤੋਂ ਨਿਗ ਲੈਣਾ ਨਾ ਮੁਮਕਿਨ ਹੈ ਜਹਾਂ ਪਨਾ ਡੇਢ ਇੱਕ ਮੀਲ ਦੂਰ ਤੇ ਮਹਿਲ ਦੇ ਦੂਰ ਜਿਹੜੇ ਦੀਵੇ ਜਗਦੇ ਪਏ ਨੇ ਉਹਨਾਂ ਵੱਲ ਦੇਖ ਕੇ ਉਹਨਾਂ ਤੋਂ ਨਿਗ ਲੈਣਾ ਇਹ ਨਾ ਮੁਮਕਿਨ ਹੈ ਯੂਰ ਮੈਜੈਸਟੀ ਇਟ ਇਜ਼ ਇੰਪੋਸੀਬਲ ਟੂ ਗੈਟ ਦੀ ਵਾਰਮਥ ਫਰਮ ਦੀ ਲਾਈਟਸ ਗਲੋਇੰਗ ਸੋ ਫਾਰ ਅਵੇ ਇੰਨੀ ਦੂਰ ਜਿਹੜੇ ਗਲੋ ਕਰ ਰਹੇ ਨੇ ਇੰਨੀ ਦੂਰ ਜਿਹੜੇ جگਦੇ ਪਏ ਨੇ ਇੰਨੀ ਦੂਰ ਜਿਹੜੇ ਬਲਬ ਜਿਹੜੇ ਲਾਈਟਾਂ ਜੜੀਆਂ ਜਿਹੜੇ ਲੈਂਟਰਨ ਨੇ ਜਿਹੜੀ ਮਸ਼ਾਲਾਂ ਨੇ ਜਿਹੜੇ ਦੀਵੇ ਜਲਦੇ ਪਏ ਨੇ ਉਹਨਾਂ ਤੋਂ ਵਾਰਮਥ ਲੈਣੀ ਉਹਨਾਂ ਤੋਂ ਨਿਗ ਲੈਣਾ ਇਟ ਇਜ਼ ਇੰਪੋਸੀਬਲ ਜਹਾਂ ਪਨਾ ਹੈ ਨਾ ਮੁਮਕਿਨ ਹੈ ਇਹ ਸੰਭਵ ਨਹੀਂ ਹੈਗਾ ਆਓਗੇ ਚਲੀਏ ਅਕਬਰ ਡਿਡ ਨੋਟ ਲਿਸਨ ਟੂ ਹਿਮ ਉਹ ਅਕਬਰ ਰਾਜਾ ਸੀ ਹਨਾ ਰਾਜ ਸੱਤਾ ਦਾ ਹੰਕਾਰ ਤੇ ਆਮ ਛੋਟੇ ਮੋਟੇ ਜਿਹੜੇ ਐਮਐਲਏ ਕੌਂਸਲਰ ਉਹਨਾਂ ਨੂੰ ਹੀ ਹੋ ਜਾਂਦਾ ਉਹ ਤੇ ਫੇਰ ਵੀ ਰਾਜਾ ਸੀ ਅੱਜ ਕੱਲ ਦੇ ਜਿਹੜੇ ਸਾਡੀ ਡੈਮੋਕ੍ਰੇਸੀ ਹੈਗੀ ਲੋਕਤੰਤਰ ਚ ਇਹ ਚ ਮਾੜੇ ਮੋٹے ਛੋਟਪੂਟ ਜਿਹੜੇ ਲੀਡਰ ਹੈਗੇ ਨੇ ਉਹੀ ਮਾਨ ਨਹੀਂ ਹੈਗੇ ਉਹਦੇ ਤੇ ਡੈਮੋਕ੍ਰੇਸੀ ਵੀ ਨਹੀਂ ਸੀ ਉਹ ਤੇ ਰਾਜਾ ਸੀ ਫੇਰ ਵੀ ਹਨਾ ਸੋ ਕਹਿੰਦੇ ਅਕਬਰ ਡਿਡ ਨੋਟ ਲਿਸਨ ਟੂ ਹਿਮ ਅਕਬਰ ਨੇ ਉਸ ਦੀ ਨਹੀਂ ਸੁਣੀ ਬੀਰਬਲ ਉਹਦਾ ਮੰਤਰੀ ਸੀ ਪਰ ਉਹਦੀ ਇਸ ਦੀ ਲੀਡ ਵੱਲ ਉਹਨੇ ਧਿਆਨ ਨਹੀਂ ਦਿੱਤਾ ਡਿਡ ਨੋਟ ਲਿਸਨ ਟੂ ਹਿਮ ਉਹਦੀ ਨਹੀਂ ਸੁਣੀ ਹਾਊ ਕਡ ਦਾ ਪੂਰ ਬ੍ਰਾਹਮਣ ਆਰਗਿਊ ਆਰਗੂਮੈਂਟ ਬੈਂਸ ਕਰਨੀ ਆਪਣਾ ਅਜਿਹਾ ਕਹਣਾ ਸੀ ਕਿ ਨਾ ਡੈਮੋਕ੍ਰੇਸੀ ਹੈਗੀ ਐ ਅਸੀਂ ਕੋਰਟ ਚਲ ਜਾਾਂਗੇ ਸੁਪਰੀਮ ਕੋਰਟ ਚਲ ਜਾਾਂਗੇ ਹਨਾ ਅਸੀਂ ਆਪਣਾ ਦਲੀਲ ਰੱਖਾਂਗੇ ਆਪਣਾ ਪੱਖ ਰੱਖਾਂਗੇ ਪਰ ਕਹਿੰਦੇ ਹਾਊ ਕਡ ਦਾ ਪੂਰ ਬ੍ਰਾਹਮਣ ਆਰਗਿਊ ਉਹ ਵਿਚਾਰਾ ਗਰੀਬ ਬ੍ਰਾਹਮਣ ਬਹਿਸ ਕਿਵੇਂ ਕਰ ਸਕਦਾ ਸੀ ਉਹ ਕਿਵੇਂ ਬਹਿ ਸਕਦਾ ਸੀ ਰਾਜੇ ਦੇ ਨਾਲ ਵਿਦਿਅੰਪਰਰ ਵਿਦਿਅੰਪਰਰ ਨੇ ਰਾਜੇ ਹੁਣ ਦੇਖੋ ਐਮਪੈਰਰ ਇੱਕ ਨਵਾਂ ਸ਼ਬਦ ਆ ਗਿਆ ਐਮਪੈਰਰ ਦਾ ਮਤਲਬ ਵੀ ਬੱਚਿਓ ਰਾਜਾ ਹੁੰਦਾ ਹੈ ਤੇ ਕਿੰਗ ਦਾ ਮਤਲਬ ਵੀ ਰਾਜਾ ਹੁੰਦਾ ਹੈ ਤਾਂ ਇਹ ਸਮਾਨਾਰਥਕ ਸ਼ਬਦ ਹੋ ਗਿਆ ਤੁਸੀਂ ਨੋਟ ਕਰ ਲਓ ਕਿੰਗ ਕਾਮਾ ਐਂਪਰਰ ਬਰਾਬਰ ਰਾਜਾ ਠੀਕ ਹੈ ਸੋ ਐਂਪਰਰ ਵੀ ਰਾਜਾ ਹੁੰਦਾ ਹੈ ਤੇ ਕਿੰਗ ਵੀ ਰਾਜਾ ਹੁੰਦਾ ਹੈ ਹਾਊ ਕੁਡ ਦੀ ਪੂਅਰ ਬ੍ਰਾਹਮਣ ਆਰਗਿਊ ਵਿਦ ਦੀ ਐਂਪਰਰ ਇੱਕ ਵਿਚਾਰਾ ਪੂਅਰ ਇੱਕ ਵਿਚਾਰਾ ਗਰੀਬ ਬ੍ਰਾਹਮਣ ਰਾਜੇ ਨਾਲ ਕਿਵੇਂ ਬਹਿਸ ਸਕਦਾ ਸੀ ਠੀਕ ਹੈ ਹੀ ਰਿਟਰਨਡ ਉਹ ਮੁੜ ਆਇਆ ਡਿਸਪਾਇੰਟਡ ਡਿਸਪਾਇੰਟ ਹੁੰਦਾ ਬੱਚੋ ਨਿਰਾਸ਼ ਹੈ ਨਾ ਟੂ ਡਿਸਪਾਇੰਟ ਨਿਰਾਸ਼ ਕਰਨਾ ਟੂ ਗੈਟ ਡਿਸਪਾਇੰਟਡ ਨਿਰਾਸ਼ ਹੋਣਾ ਡਿਸਪਾਇੰਟਡ ਨਿਰਾਸ਼ ਹੋਇਆ ਹੋਇਆ ਠੀਕ ਹੈ ਹੀ ਰਿਟਰਨਡ ਡਿਸঅ্যাপয়ਿੰਟਡ ਉਹ ਨਿਰਾਸ਼ ਮੁੜ ਆਇਆ ਨਿਰਾਸ਼ ਇਹ ਨਾ ਆਸ ਪੂਰੀ ਨਹੀਂ ਹੋਈ ਨਿਰਾਸ਼ ਐਂਡ ਅਤੇ ਬੇਅਰ ਹੈਂਡਿਡ ਬੇਅਰ ਹੁੰਦਾ ਬੱਚੋ ਨੰਗਾ ਇਥੇ ਨੰਗਾ ਹੱਥ ਮਤਲਬ ਹੱਥ ਵਿੱਚ ਭਰੇ ਹੋਏ ਨਹੀਂ ਸੀਗੇ ਖਾਲੀ ਇਹਦੀ ਜਗ੍ਹਾ ਤੁਸੀਂ ਹੋਰ ਵੀ ਸ਼ਬਦ ਲਿਖ ਸਕਦੇ ਹੋ ਐਮਪਟੀ ਹੈਂਡਿਡ ਜੇ ਬੇਅਰ ਦੀ ਜਗ੍ਹਾ ਐਮਪਟੀ ਲਿਖੋ ਤਾਂ ਵੀ ਠੀਕ ਹੈ ኢ ਐਮ ਪੀ ਟੀ ਟੀ ਵਾਈ ਐਮਪਟੀ ਹੁੰਦਾ ਹੈ ਖਾਲੀ ਸੋ ਐਮਪਟੀ ਹੈਂਡਿਡ ਖਾਲੀ ਹੱਥ ਬੇਅਰ ਹੈਂਡਿਡ ਨੰਗੇ ਹੱਥ ਸੋ ਨੰਗੇ ਹੱਥ ਦਾ ਵੀ ਭਾਵ ਅਰਥ ਹੋਈ ਬਣਦਾ ਕਿ ਖਾਲੀ ਹੱਥ ਮੁੜਿਆ ਨੰਗੇ ਹੱਥ ਵੀ ਆਦੇ ਹੱਥਾਂ ਚ ਕੁਝ ਨਹੀਂ ਸੀਗਾ ਖਾਲੀ ਹੱਥ ਆ ਗਿਆ ਉਹਨੂੰ ਅੰਬਰਰ ਨੇ ਰਾਜੇ ਨੇ ਇਨਾਮ ਦੇਣ ਤੋਂ ਮਨਾ ਕਰ ਦਿੱਤਾ ਉਹਨੇ ਦਿਲੀ ਲੈ ਦਿੱਤੀ ਵੀ ਤੂੰ ਦੀਵਿਆਂ ਵੱਲ ਦੇਖਿਆ ਤੇ ਉਹ ਤੂੰ ਨਿਗ ਲੈ ਲਿਆ ਤੇ ਤੂੰ ਹੈਰਾ ਫਿਰੀ ਕੀਤੀ ਹੈ ਠੀਕ ਹੈ ਹੀ ਰਿਟਰਨਡ ਡਿਸਪਾਇੰਟਡ ਐਂਡ ਬੇਅਰ ਹੈਂਡਿਡ ਫਰੋਮ ਕਿੱਥੋਂ ਅਕਬਰਸ ਕੋਰਟ ਉਹ ਵਿਚਾਰਾ ਅਕਬਰ ਦੇ ਦਰਬਾਰ ਤੋਂ ਨਿਰਾਸ਼ ਅਤੇ ਖਾਲੀ ਹੱਥ ਮੁੜ ਆਇਆ ਦੀ ਨੈਕਸਟ ਡੇ ਅਗਲੇ ਦਿਨ बीरबल डिड नॉट गो टू अकबरस कोर्ट ਜਿਹੜਾ ਬੀਰਬਲ ਸੀ ਆਪਣੇ ਘਰ ਤੋਂ ਦਰਬਾਰ ਅਕਬਰ ਦੇ ਦਰਬਾਰ ਨਹੀਂ ਗਿਆ ਜਦੋਂ ਉਹ ਨੌਕਰੀ ਕਰਦਾ ਸੀ ਕੰਮ ਤੇ ਆ ਨਾ ਉਹ ਨਹੀਂ ਗਿਆ ਹੀ ਸੈਂਟ ਅ ਮੈਸੇਂਜਰ ਹੁਣ ਬੱਚਿਓ ਇਹ ਕਹਿੰਦਾ ਮੈਸੇਜ ਮੈਸੇਜ ਹੁੰਦਾ ਸੁਨੇਹਾ ਤੇ ਮੈਸੇਂਜਰ ਹੁੰਦਾ ਉਹ ਬੰਦਾ ਜੋ ਸੁਨੇਹਾ ਲੈ ਕੇ ਜਾਂਦਾ ਹੈ ਮੈਸੇਂਜਰ ਇਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਰਕਾਰਾ ਜਾਂ ਦੂਤ ਉਹਨੇ ਕਿਸੇ ਦੂਤ ਰਾਹੀਂ ਕਿਸੇ ਹਰਕਾਰੇ ਰਾਹੀਂ ਇੱਕ ਸੁਨੇਹਾ ਭੇਜਦਾ ਕਿਨੂੰ ਟੂ ਦੀ ਐਂਪੀਰਰ ਹੀ ਸੈਂਟ ਅ ਮੈਸੇਂਜਰ ਇਹ ਹਰਕਾਰਾ ਭੇਜਿਆ ਇੱਕ ਆਪਣਾ ਐਲ.ਸੀ. ਭੇਜਿਆ ਟੂ ਦੀ ਐਂਪਰਰ ਰਾਜੇ ਨੂੰ ਸੇਇੰਗ ਦੈਟ ਹੈ ਕਹਿੰਦੇ ਹੋਏ ਕਿ ਦੈਟ ਹੀ ਵੁਡ ਕਮ ਉਹ ਆਏਗਾ ਟੂ ਦਾ ਕੋਰਟ ਓਨਲੀ ਆਫਟਰ ਹਿਸ ਖਿਚੜੀ ਗੈਟਸ ਕੁਕਡ ਕਹਿੰਦੇ ਉਹ ਆਪਣੀ ਖਿਚੜੀ ਪੱਕਣ ਮਗਰੋਂ ਹੀ ਆਏਗਾ ਵੀ ਉਹ ਖਿਚੜੀ ਪਕਾ ਰਿਹਾ ਹੈ ਉਹਨੇ ਮੈਸੇਜ ਭੇਜਤਾ ਵੀਰਵਲ ਨੇ ਹਨਾ ਇੱਕ ਹਰਕਾਰੇ ਰਾਹੀ ਇੱਕ ਦੂਤ ਰਾਹੀ ਵੀ ਰਾਜੇ ਨੂੰ ਕਹਿ ਦੋ ਕਿ ਉਹ ਦਰਬਾਰ ਵਿੱਚ ਜਦੋਂ ਉਹਦੀ ਖਿਚੜੀ ਪੱਕ ਜਾਏਗੀ ਉਹ ਖਿਚੜੀ ਪਕਾ ਰਿਹਾ ਹੈ ਜਦੋਂ ਉਹਦੀ ਖਿਚੜੀ ਪੱਕ ਕੇ ਤਿਆਰ ਹੋ ਜੇਗੀ ਉਸ ਤੋਂ ਬਾਅਦ ਹੀ ਆਏਗਾ only after only after ਉਸ ਤੋਂ ਬਾਅਦ ਹੀ only after his his ਮੈਨੇ ਬਿਰਬਲ ਦੀ ਖਿਚੜੀ ਗੈਟਸ ਕੁਕਡ ਕੁਕ ਹੋ ਜਾਏ ਪੱਕ ਜਾਏ ਤਿਆਰ ਹੋ ਜਾਏ ਆਓਗੇ ਚਲਿਏ ਬਿਰਬਲ ਡਿਡ ਨੋਟ ਟਰਨ ਅਪ ਹੁਣ ਬੱਚਿਓ ਟਰਨ ਅਪ ਲਿਖ ਲਓ ਵਰਡ ਟਰਨ ਅਪ ਟਰਨ ਅਪ ਦਾ ਇੱਕ ਤੁਸੀਂ ਲਿਖੋ ਮੀਨਿੰਗ ਅੰਗਰੇਜ਼ੀ ਵਿੱਚ ਹੀ ਲਿਖੋ ਇੱਕ ਤੇ ਸ਼ੋ ਅਪ S H O W ਆਫ ਸ਼ੋ ਅਪ ਟਰਨ ਅਪ ਹੁੰਦਾ ਬੱਚਿਓ ਜਦਾਂ ਆਪਣੀ ਸ਼ਕਲ ਦਿਖਾਣੀ ਜਾਂ ਸਾਹਮਣੇ ਆਉਣਾ ਹਨਾ ਸਾਹਮਣੇ ਆਉਣਾ ਕਹਿੰਦੇ ਹੀ ਡਿਡ ਨਾਟ ਟਰਨ ਅਪ ਈਵਨ ਆਫਟਰ 1 ਆਵਰ ਉਹ 1 ਘੰਟੇ ਬਾਅਦ ਵੀ ਨਜ਼ਰ ਨਹੀਂ ਆਇਆ 1 ਘੰਟੇ ਬਾਅਦ ਵੀ ਮੈਨੂੰ ਮੇਰੇ ਕੋਲ ਨਹੀਂ ਆਇਆ ਠੀਕ ਹੈ ਸੋ ਬੀਰਬਾਈ ਡਿਡ ਨਾਟ ਟਰਨ ਅਪ ਇਹਦਾ ਟਰਨ ਅਪ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਡਿਡ ਨਾਟ ਕਮ ਉਹਨੇ ਆਪਣੀ ਸ਼ਕਲ ਨਹੀਂ ਵਿਖਾਈ ਆਮ ਤੌਰ ਤੇ ਕਹਿੰਦਾ ਯਾਰ ਤੇਰੀ ਸ਼ਕਲ ਹੀ ਨਜ਼ਰ ਆਈ ਇੰਨੇ ਦਿਨ ਹੋ ਗਏ ਨੇ ਇੰਨੇ ਦਿਨ ਹੋ ਗਏ ਨੇ ਤੇਰੀ ਸ਼ਕਲ ਹੀ ਨਜ਼ਰ ਨਹੀਂ ਆਈ ਹਨਾ ਯੂ ਡਿਡ ਨਾਟ ਟਰਨ ਅਪ so birbal did not turn up even after 5 days 5 dinan magro vi samne nahi aaya pehla te akbar ne socha vi khichdi pakadnu kinna time lagda adha ghanta 40 minute ghanta aa jega par 5 din eda lang gaye te birbal aaya hi nahi hani kende the emperor himself muni raja aap himself bane raja aap went gaya to birbal's house birbal de ghar gaya raja birbal de ghar aap gaya theek hai to see dekhan layi ਕੀ ਦੇਖਣ ਲਈ ਵਾਟ ਹੀ ਵਾਸ ਡੂਇੰਗ ਕੀ ਬੀਰਬਲ ਕੀ ਕਰ ਰਿਹਾ ਵਾਟ ਮੈਨੇ ਕੀ ਹੀ ਵਾਸ ਡੂਇੰਗ ਵੀ ਬੀਰਬਲ ਕੀ ਕਰ ਰਿਹਾ ਸੀ ਦੇਖਣ ਗਿਆ ਹੀ ਸੋ ਦੈਟ ਉਹਨੇ ਦੇਖਿਆ ਕਿ ਕਹਨੇ ਦੇਖਿਆ ਅਕਬਰ ਨੇ ਸੀ ਮੈਨੇ ਦੇਖਣਾ ਸੋ ਮੈਨੇ ਦੇਖਿਆ ਭੂਤਕਾਲ ਦੀ ਗੱਲ ਹੋ ਰਹੀ ਹੈ ਦੈਟ ਕੇ ਬੀਰਬਲ ਹੈਡ ਲਿਟ ਹੁਣ ਬੱਚਿਓ ਲਿਖ ਲਓ ਲਿਟ ਲਿਟ ਹੈਗਾ ਬੱਚਿਓ ਅੰਦੇ ਕੋ ਹੈਡ ਹੈਗਾ ਨਾ ਬੱਚਿਓ ਹੈਡ ਹੈਡ ਤੋਂ ਬਾਅਦ ਥਰਡ ਫਾਰਮ ਆਈ ਗਿਆ ਲਿਟ ਜਿਹੜੀ ਹੈ ਲਿਟ ਸ਼ਬਦੇ ਕਿਸੇ ਦਾ ਇੱਕ ਥਰਡ ਫਾਰਮ ਹੈ ਉਹ ਲਿਖ ਲਓ ਬੱਚੇ ਤੁਸੀਂ ਲਾਈਟ ਲਿਟ ਲਿਟ ਲ ਆਈ ਜੀ ਐਚ ਟੀ ਲਾਈਟ ਸੈਕੰਡ ਫਾਰਮ ਲਿਟ ਤੇ ਥਰਡ ਫਾਰਮ ਲਿਟ ਹੁਣ ਦੇਖੋ ਬੱਚੇ ਇੱਥੇ ਜਿਹੜਾ ਲਾਈਟ ਸ਼ਬਦ ਹੈ ਨਾ ਇਹ ਨਾਉਨ ਵੀ ਹੈਗਾ ਨਾਮ ਵੀ ਹੈਗਾ ਤੇ ਕਿਰਿਆ ਵੀ ਹੈਗਾ ਹਾਲੇ ਦੋ ਗੱਲਾਂ ਦਾ ਧਿਆਨ ਰੱਖੋ ਨਾਉਨ ਵਿੱਚ ਇਹਨੂੰ ਰੋਸ਼ਨੀ ਵੀ ਕਹਿ ਦਿੰਦੇ ਆ ਮੈਂ ਕਹਾਂ ਲਾਈਟ ਟਰੈਵਲਸ ਇਨ ਅ ਸਟ੍ਰੇਟ ਲਾਈਨ ਰੋਸ਼ਨੀ ਸਿੱਧੀ ਰੇਖਾ ਵਿੱਚ ਸਫਰ ਕਰਦੀ ਹੈ ਸਿੱਧੀ ਰੇਖਾ ਜਾਂਦੀ ਹੈ ਠੀਕ ਹੈ ਫਿਰ ਇਕ ਹੁੰਦਾ ਹੈ ਲਾਈਟ ਜਿਦਾ ਲੈਂਪ ਦੀ ਲਾਈਟ ਵਾਸ ਗਲੋਇੰਗ ਹੁੰਨੀ ਇਹਦੇ ਵਿੱਚ ਹੀ ਚੈਪਟਰ ਚ ਅਸੀਂ ਲੈਸਨ ਚ ਪੜ੍ਹ ਕੇ ਆਇਆ ਕਿ ਪੈਲੇਸ ਦੇ ਲਾਈਟ ਪੈਲੇਸ ਦੇ ਲੈਂਪ ਜਗਦੇ ਪਏ ਸੀਗੇ ਮਹਿਲ ਦੇ ਦੀਵੇ ਜਗਦੇ ਪਏ ਸੀ ਸੋ ਲਾਈਟ ਮੈਨੇ ਲੈਂਟਰਨ ਵੀ ਹੁੰਦਾ ਹੈ ਲਾਈਟ ਮੈਨੇ ਦੀਵਾ ਵੀ ਹੁੰਦਾ ਹੈ ਲਾਈਟ ਮੈਨੇ ਜਿਹੜੀਆਂ ਅਸੀਂ ਅੱਜ ਕੱਲ ਬਲਬ ਯੂਜ਼ ਕਰਦੇ ਹਾਂ ਉਹਨੂੰ ਵੀ ਲਾਈਟ ਕਹਿੰਦੇ ਆ ਤੇ ਇੱਕ ਕਿਰਿਆ ਹੁੰਦੀ ਟੂ ਲਾਈਟ ਟੂ ਲਾਈਟ ਦਾ ਮਤਲਬ ਹੁੰਦਾ ਬੱਚਿਓ ਜਗਾਣਾ ਜਾਂ ਬਾਲਣਾ ਟੂ ਲਾਈਟ ਅ ਮੈਚ ਸਟਿਕ ਮਾਚਸ ਦੀ ਤੀਲੀ ਬਾਲਣੀ ਟੂ ਲਾਈਟ ਅ ਲੈਂਪ ਦੀਵਾ ਬਾਲਣਾ ਠੀਕ ਹੈ ਇਹਨੂੰ ਕਹਿੰਦੇ ਆ ਟੂ ਲਾਈਟ ਸੋ ਇਹਦਾ ਮਤਲਬ ਕਿ ਬੀਰਬਲ ਹੈਡ ਲਿਟ ਦੀ ਫਾਇਰ ਉਹਨੇ ਅੱਗ ਬਾਲੀ ਹੋਈ ਸੀ ਜਿਦਾ ਮੈਂ ਕਹਾਂ ਲਾਈਟ ਦੀ ਫਾਇਰ ਅੱਗ ਬਾਲੋ ਤੇ ਮੈਂ ਕਹਾਂ ਆਈ ਹੈਵ ਲਿਟ ਦੀ ਫਾਇਰ ਮੈਂ ਅੱਗ ਬਾਲ ਦਿੱਤੀ ਹੈ ਤੇ ਬੀਰਬਲ ਹੈਡ ਲਿਟ ਦੀ ਫਾਇਰ ਲਿਟ ਮਨੇ ਅੱਗ ਬਾਲ ਐ ਲਿਟ ਜਿਹੜਾ ਹੈ ਬੱਚਿਓ ਐਲ ਆਈ ਟੀ ਲਿਟ ਹੈਗਾ ਇਹ ਲਾਈਟ ਦੀ ਥਰਡ ਫਾਰਮ ਹੈ ਇਹ ਲਿਖ ਲਓ ਚੰਗੀ ਤਰ੍ਹਾਂ ਠੀਕ ਹੈ ਬੜਾ ਇੰਪੋਰਟੈਂਟ ਹੈ ਸੋ ਬੀਰਬਲ ਹੈਡ ਲਿਟ ਦੀ ਫਾਇਰ ਬੀਰਬਲ ਨੇ ਅੱਗ ਬਾਲੀ ਹੋਈ ਸੀ ਐਂਡ ਅਤੇ ਕੇਪਟ ਕੇਪਟ ਮਨੇ ਰੱਖਿਆ ਹੋਇਆ ਸੀ ਦੀ ਪੌਟ ਭਾਂਡਾ ਆਫ ਅਨਕੁਕਡ ਅਨਪੱਕੀ ਖਿਚੜੀ 1 ਯਾਰਡ ਵੇ ਯਾਰਡ ਹੁੰਦਾ ਬੱਚਿਓ 1 ਗੱਜ ਕਰੀਬ 3 ਫੁੱਟ ਦਾ 1 ਯਾਰਡ ਹੁੰਦਾ 3 ਫੁੱਟ ਦੇ ਬਰਾਬਰ ਹੀ 1 ਯਾਰਡ ਹੁੰਦਾ ਠੀਕ ਹੈ ਮੀਟਰ ਤੋਂ ਥੋੜਾ ਵੱਡਾ ਹੁੰਦਾ ਹੈ 1 ਯਾਰਡ ਅਬੋਵ ਦੀ ਫਾਇਰ ਅਤੇ ਅੱਗ ਤੋਂ 1 ਗੱਜ ਉੱਪਰ ਤੁਸੀਂ ਆਪਣੀ ਕਿਤਾਬ ਚ ਤਸਵੀਰ ਚ ਵੀ ਦੇਖ ਲਓ ਮਹੱਤ ਤਸਵੀਰ ਬਣਾਈ ਹੋਈ ਇਹ ਉਹਨਾਂ ਨੇ ਉਹਨੇ ਥੱਲੇ ਅੱਗ ਵਾਲੀ ਹੋਈ ਫਰਸ਼ ਦੇ ਉੱਤੇ ਤੇ ਉੱਤੇ ਸਟੈਂਡ ਜਾਂ ਬਣਾ ਕੇ ਨਾ ਸਟੈਂਡ ਜਾਂ ਬਣਾ ਕੇ ਉੱਤੇ ਉਹਨੇ ਉਹ ਭਾਂਡਾ ਰੱਖਿਆ ਹੋਇਆ ਤੇ ਤਕਰੀਬ ਇੱਕ ਗੱਜ ਦੀ ਦੂਰੀ ਹੈਗੀ ਹੈ ਤੇ ਉਹਦੇ ਉੱਤੇ ਉਹਨੇ ਭਾਂਡਾ ਰੱਖਿਆ ਖਿਚੜੀ ਪਕਾਣ ਲਈ ਅਰਥਾਤ ਇੱਕ ਗੱਜ ਆਗੂ ਪਰ ਅਣਪੱਕੀ ਖਿਚੜੀ ਦਾ ਭਾਂਡਾ ਰੱਖਿਆ ਹੋਇਆ ਸੀ ਆਓ ਅੱਗੇ ਚਲੀਏ ਅਕਬਰ ਸੈਡ ਅਕਬਰ ਨੇ ਕਿਹਾ ਬਿਰਬਲ ਆਈ ਕਨਸੀਡਰਡ ਯੂ ਟੂ ਬੀ ਦੀ ਵਾਈਸਟਸਟ ਇਨ ਦਾ ਕੰਟਰੀ ਉਨ ਯਾਦ ਕਰੋ ਬੱਚੋ ਜੇ ਤੁਹਾਨੂੰ ਪਹਿਲਾ ਸਬਕ ਯਾਦ ਹੋਵੇ ਲੈਸਨ 1 ਉਹ ਚ ਵੀ ਇਹ ਸ਼ਬਦ ਆਇਸੀ ਵਾਈਸਸਟ ਉਹ ਸੀਗਾ ਨਾ ਰਾਜਨੇਕਾ ਤੇਨਾਲੀ ਰਾਮ ਵਾਜ਼ਦੀ ਵਾਈਸਸਟ ਮਿਨਿਸਟਰ ਇਨ ਦੀ ਕੋਰਟ ਆਫ ਰਾਜਾ ਕ੍ਰਿਸ਼ਨਦੇਵ ਰਾਏ ਠੀਕ ਹੈ ਸੋ ਵਾਈਸਸਟ ਮੈਨੇ ਹੁੰਦਾ ਬੱਚੋ ਸਭ ਤੋਂ ਸਿਆਣਾ ਆਈ ਕਨਸੀਡਰ ਕਨਸੀਡਰ ਮੈਨੇ ਸੋਚਦਾ ਸੀ ਮੈਂ ਵਿਚਾਰਦਾ ਸੀ ਬੀਰਬਲ ਆਈ ਕਨਸੀਡਰਡ ਯੂ ਮੈਂ ਸਮਝਦਾ ਸੀ ਤੇਰੇ ਬਾਰੇ ਕੀ ਟੂ ਬੀ ਦੀ ਵਾਈਸਸਟ ਇਨ ਥਿਸ ਕੰਟਰੀ ਮੈਂ ਸੋਚਦਾ ਸੀ ਕਿ ਸਾਰੇ ਦੇਸ਼ ਵਿੱਚ ਤੂੰ ਸਭ ਤੋਂ ਸਿਆਣਾ ਹੈ। ਇਹ ਦੇਖੋ ਮੈਂ ਇਸ ਦੇਸ਼ ਵਿੱਚ ਤੈਨੂੰ ਸਭ ਤੋਂ ਸਿਆਣਾ ਸਮਝਦਾ ਸੀ। ਬਟ ਪਰ ਯੂ ਹੈਵ ਪ੍ਰੂਵਡ ਮੀ ਰੋਂਗ। ਪਰ ਤੂੰ ਮੈਨੂੰ ਗਲਤ ਸਾਬਤ ਕਰ ਦਿੱਤਾ। ਵੀ ਤੂੰ ਇਹ ਮੂਰਖਾਂ ਨੇ ਕੰਮ ਕਰ ਰਹੇ ਆਂ। ਉਹਨੇ ਮ ਲਈ ਗੱਲ ਲਾ ਕੇ ਗਈ ਅਕਬਰ ਨੇ। ਇਹਨੂੰ ਕਹਿੰਦੇ ਸਰਕੈਜ਼ਮ। ਮੇਰੇ ਕਟਾਕਸ਼ ਕੀਤਾ ਉਹਨੇ। ਉਹਨੇ ਮਲਕੀ ਨਾ ਉਹਨੂੰ ਮਲਕੀ ਚੁੰਡੀ ਮਾਰੀ। ਅਕਬਰ ਨੇ ਉਹਨੂੰ ਟਾਂਚ ਮਾਰੀ। ਵੀ ਵੀਰਬਲ ਮੈਂ ਤੇ ਸੋਚਦਾ ਸੀ ਕਿ ਤੂੰ ਇਸ ਦੇਸ਼ ਦਾ ਸਭ ਤੋਂ ਸਿਆਣਾ ਬੰਦਾ ਹੈਗਾ। ਪਰ ਤੂੰ ਮੈਨੂੰ ਗਲਤ ਸਾਬਤ ਕਰ ਦਿੱਤਾ ਆਪਣੇ ਇਸ ਮੂਰਖਤਾ ਵਾਲੇ ਕਾਰਜ ਕਰ ਕਿਹੜੇ ਮੂਰਖਤਾ ਵਾਲੇ ਕਰ ਵੀ ਅੱਗ ਥੱਲੇ ਵਾਲੀ ਹੋਈ ਹੈ ਤੇ 1 ਗੱਜ ਦੀ ਦੂਰੀ ਦੇ ਉੱਤੇ ਤੂੰ ਆ ਭਾਂਡਾ ਰੱਖਿਆ ਹੋਇਆ ਯੂ ਹੈ ਪ੍ਰੂਵਡ ਵੀ ਰੋਂਗ ਤੂੰ ਮੇਰੇ ਇਸ ਵਿਚਾਰ ਨੂੰ ਗਲਤ ਸਾਬਤ ਕਰਤਾ ਕਿਹੜੇ ਗਲਤ ਕਿਹੜੇ ਵਿਚਾਰ ਨੂੰ ਗਲਤ ਸਾਬਤ ਕਰਤਾ ਕਿ ਮੈਂ ਸੋਚਦਾ ਸੀ ਤੂੰ ਬੜਾ ਸਿਆਣਾ ਹੈ ਪਰ ਤੂੰ ਆਪਣੀ ਇਸ ਹਰਕਤ ਕਰਕੇ ਮੈਨੂੰ ਗਲਤ ਸਾਬਤ ਕਰ ਦਿੱਤਾ ਵੀਰਵਲ ਸੈਡ ਵਾਈ ਯੂਅਰ ਮੈਜੈਸਟੀ ਕਿਉਂ ਮਹਾਰਾਜ ਕਿਉਂ ਜਹਾ ਬਣਾ ਅਕਬਰ ਸੈਡ ਹਾਊ ਵਿਲ ਦਾ ਖਿਚੜੀ ਗੈਟ ਕੁਕਡ to get cooked ਮੈਨੇ ਹੁੰਦਾ ਪੱਕੇਗੀ ਕੁੱਕ ਮੈਨੇ ਪਕਾਉਣਾ ਤੂੰ ਗਟ ਕੁਕ ਪਕਣਾ ਹਾਊ ਵਿਲ ਦਾ ਖਿਚੜੀ ਗੇਟ ਕੁਕਡ ਇਦਾਂ ਖਿਚੜੀ ਕਿਵੇਂ ਪੱਕੇਗੀ ਵੈਨ ਜਦੋਂ ਇਟ ਇਜ਼ ਪਾਂਡਾ ਹੈ ਜੋ ਖਿਚੜੀ ਹੈ 1 ਯਾਰਡ ਅਬਵ ਦੀ ਫਾਇਰ ਜਦੋਂ ਤੇਰੀ ਖਿਚੜੀ ਅੱਗ ਤੋਂ 1 ਗਜ਼ ਦੀ ਦੂਰੀ ਤੇ ਹੈ ਤੇ ਖਿਚੜੀ ਕਿਵੇਂ ਪੱਕੇਗੀ ਵਾਟ ਇਜ਼ ਰੋਂਗ ਵਿਦ ਯੂ ਵੀਰ ਬਲ ਵੀ ਤੈਨੂੰ ਕੀ ਹੋ ਗਿਆ ਵੀ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਸਿਰ ਫਿਰ ਗਿਆ ਵਾਟ ਇਜ਼ ਰੋਂਗ ਵਿਦ ਯੂ ਪੀ ਤੇਰਾ ਤੇਰੇ ਨਾਲ ਸਮੱਸਿਆ ਕੀ ਹੈ ਤੈਨੂੰ ਹੋ ਗਈ ਹੈ ਐਸੀ ਜਿਹਲੇ ਆਮ ਤੌਰ ਤੇ ਕਹਿੰਦੇ ਤਿੰਨ ਜਦੋਂ ਬੰਦਾ ਕੋਈ ਪੁੱਠਾ ਕੰਮ ਕਰੇ ਕਹਿੰਦੇ ਤੈਨੂੰ ਕੀ ਹੋ ਗਿਆ ਤੇ ਅਸੀਂ ਉਹਨਾਂ ਨੂੰ ਇੰਗਲਿਸ਼ ਵਿੱਚ ਕਹਿੰਦੇ ਵਾਟ ਇਜ਼ ਰੋਂਗ ਵਿਦ ਯੂ ਜਾਂ ਵਾਟ ਇਜ਼ ਹੈਪਨਿੰਗ ਟੂ ਯੂ ਵਾਟ ਹੈਜ਼ ਹੈਪਨ ਟੂ ਯੂ ਵਾਈ ਆਰ ਯੂ ਬਿਹੇਵਿੰਗ ਦਿਸ ਵੇ ਜਿਹਲੋ ਐਸੀ ਇਦਾਂ ਬੰਦਾ ਅਨੋਖਾ ਜਾਂ ਉਲਟਾ ਕੰਮ ਕਰੇ ਤੇ ਅਸੀਂ ਇੰਗਲਿਸ਼ ਵਿੱਚ ਇਦਾਂ ਕਹਿ ਦਿੰਦੇ ਆ ਇੱਕ ਤਰੀਕਾ ਹੈਗਾ ਵਾਟ ਇਜ਼ ਰੋਂਗ ਵਿਦ ਯੂ ਵਾਟ ਇਜ਼ ਹੈਪਨਿੰਗ ਟੂ ਯੂ ਵਾਟ ਹੈਜ਼ ਹੈਪਨ ਟੂ ਯੂ ਇਦਾਂ ਕਹਿ ਦਿੰਦੇ ਆ ਠੀਕ ਹੈ ਸੋ ਇੱਥੇ ਗਿਆ ਵਾਟ ਇਜ਼ ਰੋਂਗ ਵਿਦ ਯੂ ਬੀਰਬਲ ਬੀਰਬਲ ਤੈਨੂੰ ਕੀ ਹੋ ਗਿਆ ਬੀਰਬਲ ਕੇਪਟ ਸਟੇਰਿੰਗ ਦੀ ਪੋਟ ਸਟੇਰ ਹੁੰਦਾ ਬੱਚਿਓ ਜਿੱਦਾਂ ਅਸੀਂ ਚੀਨੀ ਘੋਲਦੇ ਆ ਚਮਚ ਦੇ ਨਾਲ ਸਟੇਰ ਹੁੰਦਾ ਹਿਲਾਣਾ ਸਟੇਰ ਦਾ ਆਖਰੀ ਅਰਥ ਹੈ ਹਿਲਾਣਾ ਤੇ ਕੇਪਟ ਕੀਪ ਸਟੇਰਿੰਗ ਮੈਨੇ ਹਿਲਾਉਂਦੇ ਜਿੱਦਾਂ ਮੈਂ ਕਹਾਂ ਟੂ ਕੀਪ ਸਟੇਰਿੰਗ ਹਿਲਾਉਂਦੇ ਜਾਣਾ ਤੇ ਬੀਰਬਲ ਕੇਪਟ ਸਟੇਰਿੰਗ ਮੈਨੇ ਬੀਰਬਲ ਕੇਪਟ ਸਟੇਰਿੰਗ ਦੀ ਪੋਟ ਮੜੀ ਪਾਂਡੇ ਨੂੰ ਹਿਲਾਉਂਦਾ ਰਿਹਾ ਅਰਥਾਤ ਪਾਂਡੇ ਚ ਕੜਛੀ ਫੇਰਦਾ ਰਿਹਾ ਜਿਦਾ ਅਸੀਂ ਕੋਈ ਕੁਕਿੰਗ ਕਰਦੇ ਆਂ ਨਾਲ ਅਸੀਂ ਕੜਛੀ ਫੇਰਦੇ ਆਂ ਚਮਚ ਫੇਰਦੇ ਆਂ ਕਹਿੰਦੇ ਬੀਰਬਲ ਕੈਪਟ ਸਟੇਰਿੰਗ ਦੀ ਪੋਟ ਉਹ ਭਾਂਡੇ ਚ ਕੜਛੀ ਫੇਰਦਾ ਰਿਹਾ ਐਂਡ ਰਿਪਲਾਈਡ ਤੇ ਜਵਾਬ ਦਿੱਤਾ ਉਹ ਮਾਈ ਗ੍ਰੇਟ ਐਂਪਰਰ ਉਹ ਮੇਰੇ ਮਹਾਨ ਮਹਾਰਾਜ ਵੈਨ ਇਟ ਇਜ਼ ਪੋਸੀਬਲ ਜਦੋਂ ਇਹ ਮੁਮਕਿਨ ਹੈ ਫॉर ਅ ਪਰਸਨ ਟੂ ਰੀਸੀਵ ਵਾਰਮਥ ਨਿਗ ਫਰੋਮ ਦੀ ਫੇਂਟਲੀ ਗਲੋਇੰਗ ਲਾਈਟਸ ਅ ਮਾਈਲ ਅਵੇ ਹੁਣ ਬੱਚੋ ਮੈਂ ਇਹਦੇ ਅਰਥ ਨਹੀਂ ਲਿਖ ਰਿਹਾ ਇਹ ਸਾਰੀਆਂ ਲਾਈਨਾਂ ਇਹ ਸਾਰੇ ਸ਼ਬਦ ਪਹਿਲਾਂ ਆ ਚੁੱਕੇ ਨੇ ਤੇ ਉਹਦੇ ਜਵਾਬ ਵਿੱਚ ਉਹਦੇ ਮੈਂ ਅਰਥ ਲਿਖੇ ਹੋਏ ਨੇ ਇਸ ਕਰਕੇ ਤੁਸੀਂ ਉਹਨੂੰ ਲਿਖ ਕੇ ਇਹਨਾਂ ਕੋਸ਼ਿਸ਼ ਕਰੋ ਆਪ ਥੋੜਾ ਆਪਣੇ ਦਿਮਾਗ ਤੇ ਵੀ ਜੋੜ ਦੇਣਾ ਕਹਿੰਦੇ when it is possible ਜਦੋਂ ਇਹ ਮਮਕਿਨ ਹੈ for a person ਕਿਸੇ ਬੰਦੇ ਲਈ to receive warmth ਵੀ ਨਿਗ ਪ੍ਰਾਪਤ ਕਰ ਲਵੇ from the faintly glowing lights ਮੱਧਮ ਜੇ ਜਗਦੇ ਹੋਏ ਬਲਬ ਜਿਹੜੇ 1 ਮੀਲ ਦੀ ਦੂਰੀ ਤੇ ਹਨ ਆ ਮਾਈ ਲਵੇ then it should be possible ਫਿਰ ਇਹ ਮਮਕਿਨ ਹੋਣਾ ਚਾਹੀਦਾ ਹੈ for this ਖਿਚੜੀ ਇਸ ਖਿਚੜੀ ਵਾਸਤੇ ਵਿਚ ਇਜ਼ ਜਸਟ ਆ ਯਾਰਡ ਜੋ ਸਿਰਫ ਇੱਕ ਗੱਜ ਦੀ ਦੂਰੀ ਤੇ ਹੈ ਅਬਵ ਦੀ ਫਾਇਰ ਟੂ ਗੈਟ ਕੁਕਡ ਪੱਕ ਜਾਣ ਲਈ ਹੁਣ ਉਹਨੇ ਜਵਾਬ ਦਿੱਤਾ ਬੀਰਬਲ ਨੇ ਉਹ ਸਿਆਣਾ ਤੇ ਸੀਗਾ ਹੀ ਉਹਨੇ ਉਹਨਾਂ ਗੱਲ ਆਪਣੀ ਸਮਝਾਣੀ ਸੀ ਰਾਜਾ ਨੇ ਪਹਿਲੇ ਦੇਖੋ ਬੀਰ ਉਹ ਚ ਲਿਖਿਆ ਹੈ ਕਿ ਅਕਬਰ ਡਿਡ ਨਾਟ ਲਿਸਨ ਟੂ ਹਿਮ ਬੀਰਬਲ ਨੇ ਸਮਝਾਣ ਦੀ ਕੋਸ਼ਿਸ਼ ਕੀਤੀ ਕਿ ਮਹਾਰਾਜ ਇੰਨੀ ਦੂਰ ਜਗ ਦੇ ਦੀਵਿਆਂ ਤੋਂ ਨਿਕ ਲੈਣਾ ਮੁਮਕਿਨ ਨਹੀਂ ਪਰ ਰਾਜੇ ਨੇ ਸੁਣੀ ਨਹੀਂ ਹੁਣ ਉਹ ਬੀਰਬਲ ਰਾਜੇ ਨੂੰ ਉਹਦੀ ਗੱਲ ਸਮਝਾਣਾ ਚਾਹੁੰਦਾ ਸੀਗਾ ਤੇ ਉਹਨੇ ਐਵਲੀ ਜੁਗਤੀ ਕੀਤੀ ਕਿ ਉਹਨੇ ਇੱਕ ਗੱਜ ਦੀ ਦੂਰੀ ਤੇ ਭਾਂਡਾ ਰੱਖ ਕੇ ਖਿਚੜੀ ਬਣਾਉਣੀ ਸ਼ੁਰੂ ਕਰਤੀ ਤੇ ਰਾਜਾ ਹੈਰਾਨ ਹੋ ਗਿਆ ਉਹਦੀ ਮੂਰਖਤਾ ਦੇ ਵੀ ਤੂੰ ਇਦਾਂ ਦੇ ਕਿਹੜੇ ਕੰਮ ਕਰ ਰਹੇ ਆਂ ਵੀ ਇਦਾਂ ਖਿਚੜੀ ਕਿਦਾਂ ਪੱਕੇਗੀ ਹਨਾ ਮੈਂ ਤੇ ਤੈਨੂੰ ਸ਼ਾਣਾ ਸਮਝਦਾ ਸੀ ਤੇ ਤੂੰ ਤੇ ਬੜੇ ਪੁੱਠੇ ਕੰਮ ਕਰਦਾ ਪਿਆ ਤੇ ਉਹਨੇ ਵੀਰਵਲ ਨੇ ਭੋਲੇਪਨ ਈ ਕਹਿ ਦਿੱਤਾ ਕਹਿੰਦਾ ਮਹਾਰਾਜ ਜੇ ਕਿਸੇ ਬੰਦੇ ਲਈ ਇੱਕ ਮੀਲ ਦੀ ਦੂਰੀ ਤੇ ਜਗਦੇ ਹੋਏ ਮੱਧਮ ਜੇ ਦੀਵਿਆਂ ਤੋਂ ਨਿਗ ਲੈਣਾ ਮਮਕਨ ਹੈ ਤੇ ਫਿਰ ਇੱਕ ਗੱਜ ਦੀ ਦੂਰੀ ਉੱਤੇ ਅੱਗ ਤੋਂ ਇਸ ਖਿਚੜੀ ਦਾ ਪੱਕ ਜਾਣਾ ਵੀ ਮਮਕਨ ਹੈ ਅਕਬਰ ਰੀਅਲਾਈਜ਼ਡ ਹਿਸ ਮਿਸਟੇਕ ਰੀਲਾਈਜ਼ ਆਨ ਦਾ ਮਹਿਸੂਸ ਕਰਨਾ ਮਿਸਟੇਕ ਮੈਨੇ ਗਲਤੀ ਅਕਬਰ ਨੇ ਰੀਅਲਾਈਜ਼ ਮੈਨੇ ਕੀਤਾ ਮਹਿਸੂਸ ਕੀਤਾ ਅਕਬਰ ਨੇ ਗਲਤੀ ਦਾ ਅਹਿਸਾਸ ਕੀਤਾ ਉਹਨੂੰ ਗਲਤੀ ਦਾ ਅਹਿਸਾਸ ਹੋ ਗਿਆ ਹੀ ਕਾਲਡ ਦਾ ਪੂਰ ਬ੍ਰਾਹਮਣ ਤੇ ਫਿਰ ਉਹਨੇ ਕੀ ਕੀਤਾ ਉਸ ਗਰੀਬ ਬੰਮਨ ਨੂੰ ਸਦਿਆ ਕਾਲਡ ਮੈਨੇ ਬੁਲਾ ਲਿਆ ਜਿਹਨੂੰ ਉਹਨੇ ਜਿਹਨਾਂ ਬੇਇਨਸਾਫੀ ਹੋਈ ਸੀਗੀ ਹਨਾ ਉਹਦਾ ਇਨਾਮ ਨਹੀਂ ਦਿੱਤਾ ਸੀ ਉਹਨੇ ਗਰੀਬ ਬੰਮਨ ਨੂੰ ਸਦਿਆ ਐਂਡ ਗੇਵ ਹਿਮ 2000 ਗੋਲਡ ਕੁਆਇਨਸ ਅਤੇ ਉਸ ਨੂੰ 2000 سونے ਦੇ ਸਿੱਕੇ ਜੋ ਉਹਦਾ ਇਨਾਮ ਬਣਦਾ ਸੀ ਉਹਨੂੰ ਦੇ ਦਿੱਤੇ। ਅਕਬਰ ਵਾਸ ਹੈਪੀ ਅਕਬਰ ਇਸ ਗੱਲ ਤੋਂ ਖੁਸ਼ ਸੀ ਥੈਟ ਕੇ ਬੀਰਬਲ ਹੈਡ ਹੈਲਪਡ ਹਿਮ ਬੀਰਬਲ ਨੇ ਉਹਦੀ ਮਦਦ ਕੀਤੀ ਸੀ ਕਿਹਦੀ ਮਦਦ ਕੀਤੀ ਸੀ ਰਾਜੇ ਦੀ ਰਾਜੇ ਦੀ ਵਾ ਦੇਖੋ ਹਮ ਕਿਉ ਟੂ ਰਿਅਲਾਈਜ਼ ਹਿਸ ਮਿਸਟੇਕ ਅਕਬਰ ਨੂੰ ਉਹਦੀ ਗਲਤੀ ਦਾ ਅਹਿਸਾਸ ਦਵਾਨ ਵਿੱਚ ਉਹਦੀ ਮਦਦ ਕੀਤੀ ਸੀ ਅਰਥਾਤ ਗਲਤੀ ਦਾ ਅਹਿਸਾਸ ਕਰਵਾਇਆ ਸੀ ਇਹ ਦੇਖੋ ਬੱਚਿਓ ਇੱਕ ਦੇਖੋ ਧਿਆਨ ਨਾਲ ਦੇਖ ਲੋ ਇਕ ਹੁੰਦਾ ਟੂ ਰੀਅਲਾਈਜ਼ ਹੁੰਦਾ ਟੂ ਰੀਅਲਾਈਜ਼ ਹੁੰਦਾ ਮਹਿਸੂਸ ਕਰਨਾ ਅਹਿਸਾਸ ਕਰਨਾ ਤੇ ਇਹ ਕਹਗਾ ਟੂ ਹੈਲਪ ਸਮਵਨ ਰੀਅਲਾਈਜ਼ ਅਰਥਾਤ ਕਿਸੇ ਨੂੰ ਅਹਿਸਾਸ ਕਰਵਾਣਾ ਜਾਂ ਟੂ ਮੇਕ ਸਮਵਨ ਰੀਅਲਾਈਜ਼ ਕਿਸੇ ਨੂੰ ਅਹਿਸਾਸ ਕਰਵਾਣਾ ਟੂ ਹੈਲਪ ਸਮਵਨ ਰੀਅਲਾਈਜ਼ ਕਿਸੇ ਦੀ ਅਹਿਸਾਸ ਕਰਾਉਣ ਵਿੱਚ ਮਦਦ ਕਰਨੀ ਅਕਬਰ ਦਾ ਦਿਮਾਗ ਉੱਥੇ ਕੰਮ ਨਹੀਂ ਕੀਤਾ ਉਹ ਰਾਜਾ ਸੀ ਹੰਕਾਰ ਵੀ ਸੀ ਤੇ ਪਰ ਕੀ ਹੋਇਆ ਵੀਰਬਲ ਨੇ ਆਪਣੀ ਇਸ ਜੋ ਉਹਨੇ ਖੇਡ ਖੇਡੀ ਖਿਚੜੀ ਪਕਾਣ ਦੀ ਉਹਦੇ ਰਾਹੀਂ ਉਹਨੇ ਅਕਬਰ ਨੂੰ ਉਹਦੀ ਗਲਤੀ ਦਾ ਅਹਿਸਾਸ ਕਰਵਾਇਆ ਤੇ ਅਕਬਰ ਇਸ ਕਰਕੇ ਖੁਸ਼ੀ ਅਕਬਰ ਉਹ ਤਾਂ ਨਾਰਾਜ਼ ਨਹੀਂ ਹੋਇਆ ਅਕਬਰ ਵੀਰਬਲ ਦੀ ਇਸ ਗੱਲ ਤੋਂ ਖੁਸ਼ ਹੋਇਆ ਕਿ ਉਹਨੇ ਰਾਜੇ ਨੂੰ ਉਹਦੀ ਗਲਤੀ ਦਾ ਅਹਿਸਾਸ ਕਰਵਾਇਆ ਸੀ ਸੋ ਪਿਆਰੇ ਬੱਚਿਓ ਵਿਦਿਆਰਥੀਓ ਇਸ ਦੇ ਨਾਲ ਹੀ ਇਸ ਵੀਡੀਓ ਦੀ ਤੇ ਸਮਾਪਤੀ ਹੁੰਦੀ ਹੈ ਇਸ ਲੈਸਨ ਵਿੱਚ ਅਸੀਂ ਪੂਰੇ ਸਬਕ ਨੂੰ ਪੜਿਆ ਹੈ ਸ਼ਬਦਾਂ ਦੇ ਅਰਥ ਸਿੱਖੇ ਨੇ ਤੇ ਨਾਲ ਪੂਰੀ ਜਿਹੜੀ ਕਹਾਣੀ ਹੈ ਉਹਦਾ ਅਸੀਂ ਪਾਵਰਥ ਵੀ ਸਮਝਾਇਆ ਹੈ ਸੋ ਮੈਂ ਆਸ ਕਰਦਾ ਹਾਂ ਇਸ ਵੀਡੀਓ ਰਾਹੀਂ ਤੁਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਅਤੇ ਸਿੱਖ ਲਿਆ ਹੋਵੇਗਾ ਤੁਸੀਂ ਡਟ ਕੇ ਮਿਹਨਤ ਕਰੋ ਡਟ ਕੇ ਪੜਾਈ ਕਰੋ ਵੀਡੀਓ ਦੇਖਣ ਲੱਗੇ ਪਾਜ਼ ਕਰੋ ਤੇ ਨਾਲ ਆਪਣੇ ਨੋਟਸ ਵੀ ਬਣਾਈ ਜਾਓ ਦੂਜੇ ਵਿਦਿਆਰਥੀਆਂ ਨੂੰ ਪੰਜਵੀਂ ਛੇਵੀਂ ਦੇ ਬੱਚਿਆਂ ਨੂੰ ਵੀ ਦੱਸੋ ਕਿ ਇਸੀ ਚੈਨਲ ਤੇ ਪੰਜਵੀਂ ਛੇਵੀਂ ਦੇ ਲੈਸਨ ਵੀ ਪਾਏ ਜਾ ਰਹੇ ਹਨ ਜਮੀ ਦੇ ਗਣਿਤ ਦੇ ਲੈਸਨ ਪਾਏ ਜਾ ਰਹੇ ਹਨ ਤੇ 8ਵੀਂ 9ਵੀਂ 10ਵੀਂ ਦੇ ਗਣਿਤ ਦੇ ਲੈਸਨ ਸਾਰੇ ਸਵਾਲ ਹੱਲ ਕਰਕੇ ਪਾਏ ਜਾ ਚੁੱਕੇ ਹਨ ਸੋ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਨਾਲ ਇਸ ਗੱਲ ਨੂੰ ਸਾਂਝਾ ਕਰੋ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਤੋਂ ਧੰਦਾ ਲਾਹਾ ਲੈ ਸਕਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ ਆਲ